ਵਾਹਿਗੁਰੂ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰੂ ਸ਼ਬਦ ਕਮਾਏ ਜਿਨ ਜਿਤੇ ਪੰਚ ਬੇਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਕਹਾਂ ਬੁੱਧ ਪ੍ਰਾਤੁਸ਼ ਹਮਾਰੀ ਵਰਨ ਸਕਹਿ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਅੰਗਦ ਅਰਬਿੰਦ ਪਦ ਆਨੰਦ ਕੰਦ ਮੁਕੰਦ ਧਰ ਪਰ ਧਰ ਸਿਰ ਨਮ ਹੈ ਕਰ ਸ਼ਰਨ ਹਰਨ ਦੁਖ ਦੁੰਦ ਸ੍ਰੀ ਅੰਗਦ ਅਰਬਿੰਦ ਪਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਾਰ ਦੀ ਪਵਿੱਤਰ ਗੋਦਿਵ ਜੁੜ ਬੈਠੀ ਸਾਧ ਸੰਗਤ ਵਡਭਾਗੇ ਹੋ ਸੰਧਿਆ ਸਮੇਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ ਆਪ ਸ਼ਰੋਤਾ ਜਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ ਦੇ ਵਿੱਚੋਂ ਕੱਲ੍ਹ ਦੇ ਸਮੇਂ ਦੇ ਵਿੱਚ ਖਰਾ ਸੌਦਾ ਕਰਨ ਦੀ ਜੋ ਪ੍ਰਸੰਗ ਹਨ ਕਥਾ ਹੈ ਇਹ ਸ਼ਰਮਣ ਕੀਤੀ ਸੀ ਪਿਤਾ ਕਲਿਆਣ ਦਾਸ ਜੀ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 20 ਰੁਪਈਏ ਦਿੱਤੇ ਨਾਲ ਭਾਈ ਬਾਲਾ ਜੀ ਨੂੰ ਤੋਰਿਆ ਕਿ ਕੋਈ ਲਾਭਦਾਇਕ ਸੌਦਾ ਕਰਕੇ ਆਵੋ ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਤੁਰ ਪਏ ਨੇ ਚਲਦੇ ਚਲਦੇ ਇੱਕ ਜੰਗਲ ਦੇ ਵਿੱਚ ਚਲੇ ਗਏ ਨੇ ਕੀ ਦੇਖਿਆ ਉੱਥੇ ਸਾਧੂ ਜਨ ਬੈਠੇ ਨੇ ਕੋਈ ਨੰਗਾ ਹੀ ਬੈਠਾ ਹੈ ਕੋਈ ਇੱਕ ਪੈਰ ਦੇ ਪਾਰ ਖੜ੍ਹਾ ਹੈ ਕੋਈ ਪੁੱਠਾ ਲਮਕ ਰਿਹਾ ਹੈ ਕਿਸੇ ਨੇ ਬਾਹਾਂ ਤਾਹਾਂ ਨੂੰ ਖੜੀਆਂ ਕੀਤੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਨਾਲ ਕਈ ਆਸਣ ਲਾ ਕੇ ਉਹ ਬੈਠੇ ਨੇ ਕੋਈ ਪਾਣੀ ਉੱਤੇ ਗੁਜ਼ਾਰਾ ਕਰ ਰਿਹਾ ਆ ਕੋਈ ਨਿਰਆਹਾਰ ਹੀ ਹੈ ਸਰਜੀ ਉਹਨਾਂ ਕੋਲ ਚਲੇ ਗਏ ਨੇ ਉਹਨਾਂ ਨੂੰ ਪੁੱਛਿਆ ਕਿ ਮਹੰਤ ਜੀ
ਤੁਸੀਂ ਇਹ ਨੰਗੇ ਰਹਿੰਦੇ ਹੋ, ਭੁੱਖੇ ਰਹਿੰਦੇ ਹੋ, ਜਾਂ ਕੱਪੜਾ ਤੁਸੀਂ ਪਾਉਂਦੇ ਹੀ ਨਹੀਂ, ਰੋਟੀ ਖਾਂਦੇ ਹੀ ਨਹੀਂ, ਜਾਂ ਤੁਹਾਡੇ ਹੱਥ ਹੀ ਨਹੀਂ ਆਉਂਦੀ। ਸਤਿਗੁਰਾਂ ਨੇ ਇਹ ਬਚਨ ਕੀਤੇ, ਆਖਣ ਲੱਗੇ ਹਾਂ ਜੇ ਕੋਈ ਪ੍ਰੇਮ ਦੇ ਨਾਲ ਲਿਆ ਕੇ ਛਕਾ ਦੇਵੇ ਤਾਂ ਛਕ ਵੀ ਲਈਦੀ ਆ, ਕੋਈ ਬਸਤਰ ਪ੍ਰੇਮ ਦੇ ਨਾਲ ਲਿਆ ਦੇਵੇ ਤਾਂ ਬਸਤਰ ਵੀ ਪਾ ਲਈਦੇ ਹਨ, ਨਹੀਂ ਤਾਂ ਇਸ ਤਰ੍ਹਾਂ ਦੇ ਨਾਲ ਹੀ ਰਹਿੰਦੇ ਹਨ। ਸਤਿਗੁਰਾਂ ਨੇ ਉਹਨਾਂ ਦੇ ਅੱਗੇ 20 ਰੁਪਈਏ ਜੋ ਪਿਤਾ ਕਲਿਆਣ ਦਾਸ ਜੀ ਨੇ ਦੇ ਕੇ ਭੇਜਿਆ ਸੀ ਅੱਗੇ ਰੱਖ ਦਿੱਤੇ। ਆਖਣ ਲੱਗੇ ਵੀ ਇਹਦੀ ਸਾਨੂੰ 100 ਸਮੱਗਰੀ ਲਿਆ ਦਿਓ ਅਤੇ ਅਸੀਂ ਫਿਰ ਪ੍ਰਸ਼ਾਦਾ ਪਾਣੀ ਬਣਾ ਲਵਾਂਗੇ। ਪਾਤਸ਼ਾਹ ਜੀ ਬਾਜ਼ਾਰ ਗਏ ਨੇ, ਮੰਡੀ 'ਚ ਗਏ ਨੇ, ਜੋ ਲੋੜੀਂਦੀਆਂ ਵਸਤੂਆਂ ਸਨ ਉਹ 20 ਰੁਪਏ ਖਰਚ ਦਿੱਤੇ ਅਤੇ ਲੋੜੀਂਦੀਆਂ ਵਸਤੂਆਂ ਆਟਾ, ਘਿਓ, ਚੌਲ, ਖੰਡ ਇਤਿਆਦਿਕ ਇਹ ਸੌਦੇ ਲਿਆਉਂਦੇ ਨੇ, ਲਿਆ ਕੇ ਉਹਨਾਂ ਸਾਧੂਆਂ ਦੇ ਕੋਲ ਰੱਖ ਦਿੱਤੇ। ਮਾਰੇ ਆਖਣ ਲੱਗੇ ਕਿ ਇਹ ਸਮੱਗਰੀ ਲਿਆਉਂਦੀ ਹੈ, ਰਸੋਈ ਤਿਆਰ ਕਰੋ, ਪ੍ਰਸ਼ਾਦਾ ਛਕੋ। ਉਹ ਆਖਣ ਲੱਗੇ ਕੋਈ ਗੱਲ ਨਹੀਂ, ਤੁਸੀਂ ਜਾਓ, ਅਸੀਂ ਆਪ ਹੀ ਰਸੋਈ ਤਿਆਰ ਕਰ ਲਵਾਂਗੇ। ਔਰ ਸਭ ਸੱਚੇ ਪਾਤਸ਼ਾਹ ਜੀ ਸਾਰੀ ਸਮੱਗਰੀ ਉਹਨਾਂ ਨੂੰ ਸੰਭਾਲ ਕੇ ਤੁਰ ਪਏ ਨੇ ਉੱਥੋਂ। ਬਾਅਦ ਦੇ ਵਿੱਚ ਉਹਨਾਂ ਮਹੰਤਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਛਕਿਆ। ਹੁਣ ਗੁਰੂ ਨਾਨਕ ਮਹਾਰਾਜ ਜੀ ਸੌਦਾ ਕਰਕੇ ਵਾਪਸ ਆ ਗਏ ਨੇ। ਅੱਗੇ ਹੁਣ ਜੋ ਪਿਤਾ ਕਲਿਆਣ ਦਾਸ ਜੀ ਕਰਨਗੇ ਉਹ ਪ੍ਰਸੰਗ ਪ੍ਰਾਰੰਭ ਹੋ ਰਿਹਾ। ਸਾਰੀਆਂ ਸੰਗਤੀਆਂ ਮਨ ਬਿਰਤੀ ਨੂੰ ਇਕਾਗਰ ਕਰਕੇ ਚੁੱਪ ਦਾ ਦਾਨ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅੰਗਦ ਅਰਬਿੰਦ ਪਦ ਆਨੰਦ ਕੰਧ ਮੁਕੰਧ। ਅਗਲਾ ਪ੍ਰਸੰਗ ਸ਼ੁਰੂ ਹੋਣ ਤੋਂ ਪਹਿਲਾਂ ਕਵੀ ਜੀ ਨੇ ਗੁਰੂ ਅੰਗਦ ਦੇ ਮਰ ਦਾ ਮੰਗਲ ਕੀਤਾ ਹੈ ਕਿ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਜਿਹੜੀ ਹੈ ਆਨੰਦ ਦੇਣ ਵਾਲੀ ਹੈ, ਮੁਕਤੀ ਦੀ ਦਾਤਾ ਹੈ, ਵੱਡੇ ਵੱਡੇ ਦੁੱਖਾਂ ਨੂੰ ਵੀ ਇਹ ਦੂਰ ਕਰ ਦੇਣ ਵਾਲੀ ਹੈ। ਧਰ ਪਰ ਧਰ ਸਿਰ ਨਮ ਹੈ ਕਰ ਸ਼ਰਨ ਹਰਨ ਦੁੱਖ ਦੁੰਦ। ਜਿਹੜੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ, ਉਹਨਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੂੰ ਮੈਂ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਕੇ, ਧਰਤੀ ਦੇ ਉੱਤੇ ਮੱਥਾ ਰੱਖ ਕੇ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ। ਆਓ ਪਏ ਜਬ ਹਮ ਗਮਨੇ ਤਿਨ ਕੋ ਤਿਆਗੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਭਾਈ ਬਾਲਾ ਜੀ ਇਹ ਸਾਰੀ ਵਾਰਤਾ ਸੁਣਾ ਰਹੇ ਨੇ। ਭਾਈ ਬਾਲਾ ਜੀ ਦੇ ਬਚਨ ਨੇ ਕਿ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਸ ਵੇਲੇ ਅਸੀਂ ਉਹਨਾਂ ਮਹਾਨਤਾ ਨੂੰ ਛੱਡ ਕੇ ਚੱਲ ਪਏ ਸਾਂ। ਬੋਲੇ ਸੰਤ ਗਿਰਾ ਅਨੁਰਾਗੀ। ਜਿਹੜੇ ਉਹ ਸੰਤ ਸਨ ਉਹਨਾਂ ਨੇ ਬਚਨ ਕੀਤਾ ਹੈ। ਆਰ ਬਲਾ ਲਾਗੂ ਬਾਰ ਸੋਚਾਲੀ। ਕਹਿੰਦੇ ਨੇ ਕਿ ਜਿਹੜਾ ਬਾਲਕ ਆਇਆ ਜਿਹਨੇ ਸਾਨੂੰ ਸਾਰੀ ਲੰਗਰ ਦੀ ਰਸਤ ਲਿਆ ਕੇ ਦਿੱਤੀ ਏ, ਇਹਨਾਂ ਦੀ ਉਮਰ ਤੇ ਅਜੇ ਛੋਟੀ ਜਿਹੀ ਹੈ ਤੇ ਇਹਨਾਂ ਦੀ ਮੱਤ ਬੜੀ ਸ੍ਰੇਸ਼ਟ ਹੈ, ਇਸ ਤਰ੍ਹਾਂ ਦੇ ਨਾਲ ਆਖਣ ਲੱਗੇ ਹਨ। ਗਿਰਾ ਵਿਰਾਗ ਭਗਤ ਪਾਲਸਾਲੀ। ਇਹਨਾਂ ਦੇ ਜਿਹੜੇ ਬਚਨ ਨੇ ਉਹ ਤਾਂ ਵਿਰਾਗ ਅਤੇ ਭਗਤੀ ਦਾ ਹੀ ਘਰ ਹਨ। ਤੁਮ ਸੋਆਨ ਕੀਨ ਬਹੁ ਭਾਉ। ਉਹਨਾਂ ਨੇ ਉਹਨਾਂ ਵਿੱਚੋਂ ਮਹੰਤ ਪੁੱਛਦੇ ਨੇ ਬੜੇ ਮਹੰਤ ਨੂੰ
ਕਿ ਮਹੰਤ ਜੀ ਤੁਹਾਡੇ ਕੋਲ ਉਹਨਾਂ ਨੇ ਬੜਾ ਤੁਹਾਡੇ ਨਾਲ ਪ੍ਰੇਮ ਕੀਤਾ, ਤੁਹਾਡੇ ਕੋਲ ਆਣ ਕੇ ਮ੍ਰਿਦੁਲ ਕਿਰਪਾਲ ਵਿਸ਼ਾਲ ਸੁਭਾਉ, ਜਿਨ੍ਹਾਂ ਦਾ ਸੁਭਾਅ ਕਿਰਪਾਲੂ ਸਾਧੂ ਜੀ, ਜਿਨ੍ਹਾਂ ਦਾ ਸੁਭਾਅ ਬਹੁਤ ਮਿੱਠਾ ਤੇ ਕੋਮਲ ਹੈ। ਭੋਜਨ ਸੌਜ ਆਣ ਜਬ ਬੈਸੇ, ਜਦੋਂ ਭੋਜਨ ਦੀ ਸਾਰੀ ਸਮੱਗਰੀ ਲਿਆ ਕੇ ਤੁਹਾਡੇ ਕੋਲ ਆ ਕੇ ਬੈਠ ਗਏ ਸਨ, ਚੱਲ ਨ ਰਜਾਏ ਦੀਨ ਤੁਮ ਕੈਸੇ, ਉਹਨਾਂ ਨੂੰ ਫਿਰ ਜਾਣ ਦੇ ਵਾਸਤੇ ਤੁਸਾਂ ਨੇ ਕਿਵੇਂ ਆਗਿਆ ਦੇ ਦਿੱਤੀ, ਜਾਣ ਦੇ ਵਾਸਤੇ ਕਿਵੇਂ ਆਗਿਆ ਦਿੱਤੀ ਹੈ। ਸੁਣ ਮਹੰਤ ਬੋਲਿਓ ਬਰਬਾਨੀ, ਜਦੋਂ ਮਹੰਤ ਨੇ ਦੂਸਰੇ ਸਾਧੂਆਂ ਦੇ ਇਹ ਬਚਨ ਸੁਣੇ, ਮਹੰਤ ਅੱਗਿਓਂ ਜਵਾਬ ਦੇਣ ਲੱਗਾ, ਇਹ ਕੋ ਪਰਮ ਪੁਰਖ ਸੁਖਦਾਨੀ, ਇਹ ਜਿਹੜਾ ਛੋਟੀ ਬਾਗ ਦਾ ਸਾਡੇ ਕੋਲ ਬੱਚਾ ਆਇਆ ਸੀ ਨਾ, ਇਹਨੂੰ ਛੋਟਾ ਨਾ ਸਮਝੋ, ਇਹ ਤਾਂ ਕੋਈ ਮਹਾਂਪੁਰਖ ਹੈ, ਸੁੱਖਾਂ ਦਾ ਦਾਤਾ ਹੈ, ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ, ਕਲਾਵਾਨ ਗਿਆਨੀ ਗੁਣਖਾਨੀ, ਇਹ ਤਾਂ ਇਉਂ ਆ ਜਿਵੇਂ ਇਹ ਗੁਣਾਂ ਦੀ ਖਾਨ ਨੇ, ਬਹੁਤ ਤਾਕਤਾਂ ਦੇ ਮਾਲਕ ਨੇ, ਮਹਾਨ ਗਿਆਨੀ ਹਨ, ਦੁਰਿਓ ਰਹੇ ਗਤ ਪਰ ਹੈ ਨਾ ਜਾਨੀ, ਇਹ ਛੁਪੇ ਰਹਿੰਦੇ ਨੇ, ਇਹਨਾਂ ਦੀ ਜਿਹੜੀ ਵਡਿਆਈ ਹੈ, ਇਹਨਾਂ ਦੀ ਗਤੀ ਜਿਹੜੀ ਹੈ, ਇਹ ਪ੍ਰਗਟ ਨਹੀਂ ਕਰ ਰਹੇ, ਛੁਪ ਕੇ ਹੀ ਰਹਿੰਦੇ ਹਨ। ਪਾਇਓ ਅਸਹਿ ਮੁਝ ਤੇਜ ਪ੍ਰਭਾਉ, ਇਹਨਾਂ ਦਾ ਜਿਹੜਾ ਤੇਜ ਪਰਸੀਨਾ ਮੱਥੇ ਦਾ ਮੁਖੜੇ ਜਿਹੜਾ ਤੇਜ ਸੀਗਾ, ਉਹ ਬਹੁਤ ਤੇਜ਼ੀ ਸੀ, ਮੇਰੇ ਕੋਲ ਸਹਾਰਿਆ ਨਹੀਂ ਗਿਆ, ਜਾਂ ਤੇ ਦੀਨੀ ਜਾਂ ਨਾ ਰਜਾਉ, ਇਸੇ ਕਰਕੇ ਮੈਂ ਉਹਨਾਂ ਨੂੰ ਜਾਣ ਦੇ ਵਾਸਤੇ ਆਗਿਆ ਦੇਤੀ ਵੀ ਰਸਤਾ ਪਾਣੀ ਇੱਥੇ ਰੱਖ ਦਿਓ ਤੇ ਤੁਸੀਂ ਚਲੇ ਜਾਓ। ਜਿਹੜਾ ਉਹਨਾਂ ਦਾ ਪ੍ਰਤਾਪ ਸੀਗਾ ਬਹੁਤ ਤੇਜ਼ ਸੀ, ਮੇਰੇ ਕੋਲੋਂ ਸਹਾਰਿਆ ਨਹੀਂ ਗਿਆ, ਇਸੇ ਕਰਕੇ ਮੈਂ ਉਹਨਾਂ ਨੂੰ ਜਾਣ ਦੇ ਵਾਸਤੇ ਆਖ ਦਿੱਤਾ। ਆਸ਼ਕ ਹੈ ਤਬ ਕੀਨੋ ਪੁਨ ਅਸਨਾ, ਇਸ ਤਰ੍ਹਾਂ ਦੇ ਨਾਲ ਆਖ ਕੇ ਉਹਨਾਂ ਸਾਰੇ ਮਹੰਤਾਂ ਨੇ ਰਸੋਈ ਤਿਆਰ ਕੀਤੀ ਤੇ ਭੋਜਨ ਛਕਿਆ ਹੈ। ਖਾਣ ਲੱਗੇ ਸਵਾਦਨ ਲੈ ਰਸਨਾ, ਬੜਾ ਰਸਨਾ ਦੇ ਨਾਲ ਸਵਾਦ ਲੈ ਕੇ ਉਸ ਭੋਜਨ ਨੂੰ ਛਕਣ ਲੱਗੇ ਹਨ। ਸਿਤਾ ਕ੍ਰਿਤ ਮੇਲਿਓ ਸੰਗ ਪਾਇਸ, ਜਿਸ ਭੋਜਨ ਦੇ ਵਿੱਚ ਖੀਰ ਬਣੀ ਹੋਈ ਹੈ, ਉਸ ਖੀਰ ਦੇ ਵਿੱਚ ਘਿਓ ਅਤੇ ਖੰਡ ਪਾਈ ਹੋਈ ਹੈ। ਸੰਤ ਸ਼ੁੱਧ ਹਤਰ ਤ੍ਰਿਪਤੇ ਖਾਇਸ, ਔਰ ਸਾਰੇ ਸੰਤ ਬਹੁਤ ਭੁੱਖੇ ਸਨ, ਸੱਤਾਂ ਦਿਨਾਂ ਦੇ ਭੁੱਖੇ ਸਨ, ਪ੍ਰਸ਼ਾਦਾ ਪਾਣੀ ਕਿਸੇ ਨੇ ਲਿਆ ਕੇ ਨਾ ਦਿੱਤਾ, ਪਰ ਉਹਨਾਂ ਨੇ ਜਿਸ ਵੇਲੇ ਇਹ ਖੀਰ ਛਕੀ, ਖੀਰ ਛਕ ਕੇ ਉਹ ਪ੍ਰਸੰਨ ਹੋ ਗਏ ਨੇ, ਸਾਰੇ ਰੱਜ ਗਏ ਹਨ। ਮਨ ਪ੍ਰਸਿੱਧ ਹੋਏ ਬਚਨ ਬਖਾਨੇ, ਇਹ ਖੀਰ ਖਾ ਕੇ ਸੰਤ ਬੜੇ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ ਤੇ ਇਸ ਤਰ੍ਹਾਂ ਦੇ ਨਾਲ ਆਖਣ ਲੱਗੇ, ਇਹ ਕਰਤਾਰ ਪਠਿਓ ਹਮ ਜਾਣੇ, ਇਹ ਤਾਂ ਭਾਈ ਕਰਤਾਰ ਨੇ ਹੀ ਸਾਡੇ ਕੋਲ ਕੋਈ ਭੇਜਿਆ ਹੈ, ਜਾਣੋ ਇਉਂ ਸਮਝੋ ਕਿ ਕਰਤਾਰ ਹੀ ਬੰਦੇ ਦਾ ਸਰੂਪ ਧਾਰਨ ਕਰਕੇ ਆਇਆ ਹੈ। ਕਿਤੋਂ ਸਰੀਰ ਧਾਰ ਕਰਤਾਰ, ਇਸ ਤਰ੍ਹਾਂ ਦੇ ਨਾਲ ਸਮਝੋ ਕਿ ਕਿਤੇ ਪਰਮੇਸ਼ਰ ਨੇ ਹੀ ਮਨੁੱਖਾਂ ਵਾਲਾ ਸਰੀਰ ਧਾਰਨ ਕੀਤਾ ਹੈ, ਮਨੁੱਖਾਂ ਵਾਲਾ ਸਰੀਰ ਧਾਰਨ ਕਰਕੇ ਪਰਮੇਸ਼ਰ ਹੀ ਆਇਆ ਹੈ। ਆਨ ਲੀਨ ਸੁਧ ਦੀਨ ਆਹਾਰ, ਉਹ ਪਰਮਾਤਮਾ ਨੇ ਮਨੁੱਖ ਵਾਲਾ ਸਰੀਰ ਧਾਰਨ ਕਰਕੇ ਆ ਕੇ ਸਾਡੀ ਖਬਰ ਲਈ ਹੈ, ਖਬਰ ਲੈ ਕੇ ਸਾਨੂੰ ਸਾਰਾ ਭੋਜਨ ਸਮੱਗਰੀ ਲਿਆ ਕੇ ਦਿੱਤੀ ਹੈ। ਸਪਤ ਦਿਵਸ ਕੇ ਸ਼ੁੱਧ ਸੰਤਾਏ, ਕਿਉਂ ਅਸੀਂ ਸਾ ਸੱਤਾਂ ਦਿਨਾਂ ਦੇ ਭੁੱਖੇ ਸਾਂ, ਭੁੱਖ ਨੇ ਸਾਨੂੰ ਸਤਾਇਆ ਹੋਇਆ ਸੀ, ਆਪ ਭੋਜਨ ਕਰ ਹਮ ਤ੍ਰਿਪਤਾ, ਹੁਣ ਅਸੀਂ ਭੋਜਨ ਛਕ ਲਿਆ ਹੈ, ਭੋਜਨ ਛਕ ਕੇ ਰੱਜ ਗਏ ਹਾਂ, ਤ੍ਰਿਪਤ ਹੋ ਗਏ ਹਾਂ। ਸ੍ਰੀ ਨਾਨਕ ਪੁਰ ਦਿਸ਼ ਗਵ ਨੂੰ, ਹੁਣ ਦੂਸਰੇ ਪਾਸੇ ਭਾਈ ਬਾਲਾ ਜੀ ਕਹਿੰਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ, ਦੂਸਰੇ ਪਾਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਮਹੰਤਾਂ ਨੂੰ ਭੋਜਨ ਦੇ ਕੇ ਰਸੋਈ ਦੇ ਕੇ ਆਪਣੇ ਨਗਰ ਵੱਲ ਨੂੰ ਪਿੱਛੇ ਨੂੰ ਤੁਰ ਪਏ ਹਨ। ਅਰਧ ਪੰਥ ਪਹੁੰਚੇ ਗੁਣ ਭਵਨ, ਗੁਣਾਂ ਦੇ ਭਵਨ, ਗੁਣਾਂ ਦੇ ਘਰ, ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪਿੱਛੇ ਤਲਵੰਡੀ ਵੱਲ ਆਏ ਨੇ, ਜਦੋਂ ਅੱਧੇ ਰਸਤੇ ਦੇ ਵਿੱਚ ਆ ਗਏ ਹਨ, ਸੋਚ ਬਿਮੋਚਨ ਸੋਚਣ ਲੱਗੇ, ਸਾਰਿਆਂ ਦੀ ਸੋਚਾਂ ਨੂੰ ਦੂਰ ਕਰਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਕੋ ਸੋਚਣ ਲੱਗ ਪਏ ਹਨ। ਹਟਕਤ ਚਿੱਤ ਪਗ ਪਰ ਹੈ ਨਾ ਆ ਗਏ, ਚਿੱਤ ਹੁਣ ਕਹਿੰਦਾ ਵੀ ਇੱਥੇ ਰੁਕ ਜਾ, ਸੋਚੀ ਪੈ ਗਏ ਨੇ, ਚਿੱਤ ਕਹਿੰਦਾ ਵੀ ਇੱਥੇ ਰੱਖ ਜਾ, ਚਿੱਤ ਅੱਗੇ ਨੂੰ ਤੁਰਨ ਨੂੰ ਕਰਦਾ,
ਪਰ ਪਾਤਸ਼ਾਹ ਜੀ ਅੱਗੇ ਨੂੰ ਤੁਰਦੇ ਹਨ, ਚਿੱਤ ਨਹੀਂ ਕਰਦਾ ਕਿ ਅੱਗੇ ਨੂੰ ਚਲੀਏ। ਚਿੰਤਾ ਤੁਰਸੇ ਹੋਏ ਗੁਣ ਖਾਨੀ, ਗੁਣਾਂ ਦੀ ਖਾਨ। ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਹੀ ਚਿੰਤਾ ਵਿਚ ਲੱਗ ਗਏ ਹਨ। ਬੋਲੇ ਮੁਜਸੂ ਅਸ ਬਿਦ ਬਾਣੀ। ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਪਾਲਾ ਜੀ ਕਹਿੰਦੇ ਨੇ ਕਿ ਮੈਨੂੰ ਇਸ ਤਰ੍ਹਾਂ ਦੇ ਨਾਲ ਬਚਨ ਕਰਨ ਲੱਗੇ ਹਨ। ਇਹ ਕਿਨੋ ਕਿਹਾ ਹਮਨੇ ਕੰਮ। ਉਸ ਵੇਲੇ ਗੁਰੂ ਨਾਨਕ ਮਹਾਰਾਜ ਕਹਿੰਦੇ, ਭਾਈ ਬਾਲਾ ਜੀ ਕਹਿਣ ਲੱਗੇ, ਮੈਨੂੰ ਆਖਣ ਲੱਗੇ ਕਿ ਬਾਲਾ ਜੀ ਆਹ ਅਸਾਂ ਨੇ ਕੀ ਕੰਮ ਕਰ ਲਿਆ ਹੈ। ਸਾਧੂਆਂ ਨੂੰ ਰਾਸ਼ਨ ਲਿਆ ਕੇ ਦੇ ਤਾ, 20 ਰੁਪਏ ਤਾਂ ਇੱਥੇ ਖਰਚ ਦਿੱਤੇ, ਕੋਈ ਲਾਭਾ ਤਾਂ ਸਾਨੂੰ ਹੋਇਆ ਨੀ। ਹੁਣ ਸੋਚਣ ਲੱਗੇ ਨੇ ਕਿ ਅਸਾਂ ਨੇ ਇਹ ਕੀ ਕੰਮ ਕਰਨ ਬੈਠੇ ਹਾਂ। ਚੱਲ ਧੰਮ, ਜਦੋਂ ਘਰ ਜਾਵਾਂਗੇ ਪਿਤਾ ਜੀ ਮੈਨੂੰ ਪੁੱਛਣਗੇ ਵੀ ਦੱਸ ਨਾਨਕ ਕਿਹੜਾ ਸੌਦਾ ਕਰਕੇ ਆਇਆ, ਤੂੰ ਕਿੰਨਾ ਕੁ ਲਾਭ ਹੋਇਆ ਸੌਦੇ ਵਿੱਚੋਂ। ਉੱਤੇ ਫਿਰ ਪਿਤਾ ਨੂੰ ਕੀ ਉੱਤਰ ਦੇਵਾਂਗੇ, ਕੀ ਜਵਾਬ ਦੇਵਾਂਗੇ। ਪਿਤਾ ਕੋ ਅਧਿਕ ਕ੍ਰੋਧ ਉਪਜੈ ਹੈ। ਜਦੋਂ ਅਸੀਂ ਖਾਲੀ ਹੱਥ ਹੀ ਘਰ ਚਲੇ ਗਏ, ਕੋਈ ਸੌਦਾ ਖਰੀਦਿਆ ਨਹੀਂ, ਤਾਂ ਪਿਤਾ ਜੀ ਤਾਂ ਬਹੁਤ ਗੁੱਸੇ ਹੋਣਗੇ, ਮਨ ਦੇ ਵਿੱਚ ਬਹੁਤ ਗੁੱਸਾ ਕਰਨਗੇ। ਬਹੁ ਕ੍ਰੋਧ ਸੇ ਲੜੇ ਹੈ, ਔਰ ਮੇਰੇ ਨਾਲ ਅਤੇ ਤੇਰੇ ਨਾਲ ਬਹੁਤ ਗੁੱਸੇ ਦੇ ਨਾਲ ਲੜਨਗੇ, ਬਹੁਤ ਗੁੱਸੇ ਦੇ ਨਾਲ ਉਹ ਝਗੜਨਗੇ। ਮੈਂ ਭਾਖਿਓ ਕਛੁ ਦੋਸ਼ ਨਾ ਮੇਰੋ। ਭਾਈ ਬਾਲਾ ਜੀ ਦੱਸਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਸ੍ਰੀ ਨਾਨਕ ਨੇ ਇਸ ਤਰ੍ਹਾਂ ਦੇ ਨਾਲ ਆਖਿਆ ਤਾਂ ਮੈਂ ਅੱਗੇ ਜਵਾਬ ਦਿੱਤਾ ਕਿ ਸ੍ਰੀ ਨਾਨਕ ਜੀ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ, ਮੇਰਾ ਕੋਈ ਕਸੂਰ ਨਹੀਂ ਹੈ। ਵਰਜਰੇ ਹੋ ਬਹੁ ਤੇਰੋ। ਮੈਂ ਤਾਂ ਉਸ ਵੇਲੇ ਵੀ ਤੁਹਾਨੂੰ ਬਹੁਤ ਵਰਜਿਆ ਸੀ ਵੀ ਇਹ ਸੌਦਾ ਠੀਕ ਨਹੀਂ, ਜਿਹੜੇ 20 ਰੁਪਏ ਇਹ ਮਹੰਤਾਂ ਨੂੰ ਲਿਆ ਕੇ ਰਾਸ਼ਨ ਦੇ ਦੇਣਾ ਨਾ, ਇਹ ਸੌਦਾ ਕੁਛ ਠੀਕ ਨਹੀਂ ਹੈਗਾ। ਪਿਤਾ ਜੀ ਨੇ ਗੁੱਸੇ ਹੋਣਾ, ਕੋਈ ਹੋਰ ਸੌਦਾ ਕਰੋ। ਪਿਤਾ ਜੀ ਨੇ ਲਾਭ ਦੇ ਵਾਸਤੇ ਸਾਨੂੰ ਭੇਜਿਆ ਹੋਇਆ, ਨਫ਼ੇ ਦੇ ਵਾਸਤੇ ਭੇਜਿਆ ਹੋਇਆ। ਮੈਂ ਤਾਂ ਉਦੋਂ ਤੁਹਾਨੂੰ ਬਹੁਤ ਵਰਜਿਆ ਸੀ ਇਹ ਸੌਦਾ ਨਾ ਕਰੋ। ਆਪ ਜਾਣ ਕਹਿ ਕੀਨ ਕੁਕਾਜ। ਇਹ ਨਾਨਕ ਜੀ ਤੁਸਾਂ ਨੇ ਆਪ ਜਾਣ ਬੁਝ ਕੇ ਹੀ ਪੁੱਠਾ ਕੰਮ ਕੀਤਾ, ਖੋਟਾ ਕਰਮ ਕੀਤਾ ਹੈ। ਚਿੱਤ ਕਿਉਂ ਚਿੰਤ ਧਰੀ ਤੁਮ ਆਜ। ਫਿਰ ਤੁਸੀਂ ਹੁਣ ਕਿਉਂ ਆਪਣੇ ਮਨ ਦੇ ਵਿੱਚ ਚਿੰਤਾ ਧਰੀ ਹੋਈ ਏ, ਚਿੱਤ ਦੇ ਵਿੱਚ ਕਿਉਂ ਤੁਸੀਂ ਚਿੰਤਾ ਤੁਰ ਹੋ ਗਏ, ਫਿਕਰਮੰਦ ਹੋ ਗਏ ਹੋ। ਆਪ ਜਿਮ ਹੋਏ ਸਹੁ ਸੋ ਰੀਤੀ। ਇਹ ਨਾਨਕ ਜੀ ਹੁਣ ਚਿੰਤਾ ਕਰਨ ਦਾ ਕੀ ਫਾਇਦਾ, ਜਿਹੜਾ ਸਮਾਂ ਸੀ ਬੀਤ ਗਿਆ, ਹੁਣ ਤਾਂ ਜਿਵੇਂ ਘਰ ਜਾ ਕੇ ਹੋਵੇਗੀ ਸੋ ਹੋਵੇਗੀ, ਜਿਵੇਂ ਬੀਤੇਗੀ ਉਹ ਦੇਖਾਂਗੇ ਕਿਸ ਤਰ੍ਹਾਂ ਦੇ ਨਾਲ ਬੀਤਦੀ ਹੈ। ਸੋਧੀ ਹੋਏ ਅਥਵਾ ਬੇਪਰੀਤੀ। ਇਹ ਸਿੱਧੀ ਹੋਵੇਗੀ ਜਾਂ ਪੁੱਠੀ ਰੀਤ ਹੋ ਜਾਵੇਗੀ, ਇਹ ਤਾਂ ਹੁਣ ਘਰ ਜਾ ਕੇ ਹੀ ਪਤਾ ਲੱਗੇਗਾ। ਮੁਝ ਕੋ ਚਿੰਤਨ ਵੇਖ ਬਿਆਪੇ। ਪਰ ਨਾਨਕ ਜੀ ਤੁਸੀਂ ਚਿੰਤਾ ਕਰਦੇ ਹੋ, ਤੁਸੀਂ 20 ਰੁਪਏ ਗਵਾ ਆਏ ਹੋ, ਪਰ ਇਹਦੇ ਵਿੱਚ ਤਾਂ ਮੈਨੂੰ ਚਿੰਤਾ ਕੋਈ ਨਹੀਂ, ਮੈਨੂੰ ਕੋਈ ਫਿਕਰ ਨਹੀਂ ਹੈ। ਧਨ ਤੁਮਰਾ ਖਰਚੋ ਤੁਮ ਆਪੇ। ਨਾਨਕ ਜੀ ਧਨ ਵੀ ਤੁਹਾਡਾ, ਖਰਚਿਆ ਵੀ ਤੁਸਾਂ ਨੇ ਆਪ ਹੀ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਬਹੁਰ ਨਾ ਮੈਂ ਤੁਮ ਤੇ ਕਛੁ ਸਿਆਣਾ। ਦੂਜੀ ਗੱਲ ਇਹ ਹੈ ਕਿ ਆਪਾਂ ਦੋਵੇਂ ਹਮ ਉਮਰ ਹਾਂ, ਇੱਕੋ ਉਮਰ ਦੇ ਹਾਂ, ਮੈਂ ਤੁਹਾਡੇ ਨਾਲ ਕਿਤੇ ਕੋਈ ਜ਼ਿਆਦਾ ਸਿਆਣਾ ਤਾਂ ਨਹੀਂ ਹਾਂ। ਸਭ ਜਾਣਗੇ ਬੈਸ ਸਮਾਨ। ਸਾਰੇ ਇਸ ਗੱਲ ਨੂੰ ਜਾਣਦੇ ਹਨ ਇਹਨਾਂ ਕਿ ਦੋਹਾਂ ਦੀ ਉਮਰ ਜਿਹੜੀ ਇੱਕੋ ਜਿਹੀ ਹੈ, ਗੁਰੂ ਨਾਨਕ ਦੇਵ ਤੇ ਭਾਈ ਬਾਲਾ ਜੀ ਦੀ ਉਮਰ ਬਰਾਬਰ ਹੀ ਹੈ। ਹੁਣ ਮੈਂ ਹਾਂ ਆਇਸ ਅਨੁਸਾਰੀ। ਫਿਰ ਦੂਸਰੀ ਗੱਲ ਨਾਨਕ ਜੀ ਇਹ ਆ ਕਿ ਮੈਂ ਤੁਹਾਡੇ ਅਨੁਸਾਰੀ ਹਾਂ, ਮੈਂ ਤੁਹਾਡਾ ਦਾਸ ਹਾਂ, ਸੇਵਕ ਹਾਂ, ਮੇਰਾ ਤਾਂ ਕੋਈ ਜ਼ੋਰ ਨਹੀਂ, ਮੈਂ ਤੁਹਾਡੇ ਅਨੁਸਾਰੀ ਹਾਂ। ਪਿਤਾ ਭੇਜਿਓ ਦਾਸ ਵਿਚਾਰੀ। ਮੈਨੂੰ ਤਾਂ ਤੁਹਾਡੇ ਨਾਲ ਤੁਹਾਡੇ ਪਿਤਾ ਜੀ ਨੇ ਆਪਣਾ ਦਾਸ ਬਣਾ ਕੇ ਭੇਜਿਆ ਹੋਇਆ, ਨੌਕਰ ਬਣਾ ਕੇ ਭੇਜਿਆ ਹੋਇਆ, ਮੈਂ ਤਾਂ ਨੌਕਰ ਦੇ ਤੌਰ ਤੇ ਤੁਹਾਡੇ ਨਾਲ ਆਇਆ ਹੋਇਆ ਹਾਂ। ਜਾਂ ਤੇ ਦੋਸ਼ ਨਾ ਮਮ ਪਰਠਨ ਹੈ। ਇਸੇ ਕਰਕੇ ਮੇਰੇ ਉੱਤੇ ਕੋਈ ਕਸੂਰ ਨਾ ਬਣਾਓ, ਮੇਰੇ ਤੇ ਕੋਈ ਦੋਸ਼ ਨਾ ਠਾਨੋ, ਮੈਂ ਇਸ ਖਰਚ ਦਾ ਕੋਈ ਜ਼ਿੰਮੇਵਾਰ ਨਹੀਂ ਹਾਂ। ਕਰਮ ਸ਼ੁਭਾ ਸ਼ੁਭ ਤੁਮਰੋ ਜਾਨ ਹੈ। ਇਹ ਕੰਮ ਚੰਗਾ ਹੈ ਜਾਂ ਕੰਮ ਮਾੜਾ ਹੈ, ਮਾੜੇ ਚੰਗੇ ਦੀ ਪਰਖ ਤਾਂ ਤੁਸੀਂ ਆਪ ਹੀ ਕਰਨੀ ਹੈ। ਜੋ ਤੁਸਾਂ ਨੇ ਕਰਮ ਕੀਤਾ ਇਹਦਾ ਫਲ ਵੀ ਤੁਸਾਂ ਨੂੰ ਹੀ ਮਿਲਣਾ ਹੈ, ਇਹ ਆਪ ਹੀ ਵਿਚਾਰ ਨਾ ਕਰੋ। ਗੱਡੀ ਗਿਣਤ ਬੋਲਤਨ ਬਚਨ ਦੋ। ਇਸੇ ਤਰ੍ਹਾਂ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਅਸੀਂ ਗੱਡੀਆਂ ਗਿਣਦੇ ਗਿਣਦੇ ਦੋਵੇਂ ਜਮੇ ਆਪਸ ਵਿੱਚ ਹੀ
ਬਚਨ ਬਿਲਾਸ ਕਰਦੇ ਹੋਏ ਯਰਾਨੀ ਤਲਵੰਡੀ ਸੋ ਬਸ ਤਲਵੰਡੀ ਵੱਲ ਨੂੰ ਆ ਗਏ ਜਦੋਂ ਦੇਖਿਆ ਕਿ ਤਲਵੰਡੀ ਨਗਰ ਹੁਣ ਨੇੜੇ ਹੀ ਆ ਗਿਆ ਹੈ ਤੋਂ ਚੱਲ ਆਇਓ ਨਿਜ ਸਦਨਾ ਬਸ ਉਸੇ ਵੇਲੇ ਜਦੋਂ ਅਸੀਂ ਤਲਵੰਡੀ ਆ ਗਏ ਤਲਵੰਡੀ ਆ ਕੇ ਮੈਂ ਤਾਂ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਘਰ ਨੂੰ ਆ ਗਿਆ ਘਰ ਆ ਕੇ ਬੈਠ ਗਿਆ ਹੋਰਨਾ ਪਰਵੇਸ਼ੇ ਪੰਕਜ ਬਦਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਗਰ ਦੇ ਵਿਚ ਨੀ ਪ੍ਰਵੇਸ਼ ਹੋਏ ਉਹ ਪਿੱਛੇ ਹੀ ਰਹੇ ਬਾਹਰ ਹੀ ਰਹੇ ਇਕ ਤਾਰ ਜਲਹੀਨ ਜੋ ਦੂਰੀ ਗੁਰੂ ਨਾਨਕ ਦੇਵ ਮਹਾਰਾਜ ਦੇਖਿਆ ਕਿ ਤਲਵੰਡੀ ਦੇ ਬਾਹਰਲੇ ਪਾਸੇ ਇੱਕ ਸਰਤਾਲ ਹੈ ਜਿਹਦੇ ਵਿਚ ਪਾਣੀ ਨਹੀਂ ਹੈ ਸੁੱਕਾ ਹੋਇਆ ਹੈ ਉਸ ਤਾਲ ਨੂੰ ਦੇਖ ਕੇ ਤਹ ਬੈਸੇ ਬੈਸਕ ਜਨਰੂਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਤਲਾਅ ਦੇ ਵਿਚ ਜਾ ਕੇ ਬੈਠ ਗਏ ਸਨ ਸੁਣਿਓ ਜਬ ਹੈ ਆਇਓ ਘਰ ਬਾਲਾ ਉਧਰ ਪਿਤਾ ਕਲਿਆਣ ਦਾਸ ਜੀ ਨੂੰ ਪਤਾ ਲੱਗ ਗਿਆ ਕਿ ਭਾਈ ਬਾਲਾ ਜੀ ਦਾ ਘਰ ਆ ਗਿਆ ਨੇ ਨਾਨਕ ਜੀ ਅਜੇ ਆਏ ਨੀ ਜਿਸ ਵੇਲੇ ਪਿਤਾ ਕਲਿਆਣ ਦਾਸ ਜੀ ਨੇ ਪਤਾ ਲੱਗਾ ਕਿ ਬਾਲਾ ਜੀ ਘਰ ਆ ਗਏ ਹਨ ਭਇਓ ਹੌਲ ਕਾਲੂ ਜੀ ਤਤਕਾਲ ਉਸੇ ਵੇਲੇ ਪਿਤਾ ਕਲਿਆਣ ਦਾਸ ਜੀ ਦਾ ਮਨ ਹੌਲਾ ਹੋ ਗਿਆ ਘਬਰਾ ਗਏ ਨੇ ਦਾਸ ਪਠਾਏ ਮੁਝੇ ਬੁਲਵਾਇਆ ਉਸੇ ਵੇਲੇ ਪਿਤਾ ਕਲਿਆਣ ਦਾਸ ਜੀ ਨੇ ਆਪਣਾ ਨੌਕਰ ਭੇਜਿਆ ਸੇਵਕ ਭੇਜਿਆ ਤੇ ਮੈਨੂੰ ਘਰ ਬੁਲਾ ਲਿਆ ਹੈ ਦੂਰ ਬਲੋਕਤ ਬਚਨ ਹਲਾਇਆ ਬਸ ਪਿਤਾ ਕਲਿਆਣ ਦਾਸ ਜੀ ਨੇ ਜਦੋਂ ਮੈਨੂੰ ਦੇਖਿਆ ਆ ਗਿਆ ਗੁੱਸੇ ਦੇ ਵਿਚ ਬੜੇ ਕਠੋਰ ਕਠੋਰ ਬਚਨ ਬੋਲੇ ਹਨ ਮੈਨੂੰ ਕਹਾਂ ਕਾਰਖਿਕ ਨਾਨਕ ਕਹਿਵਾਂ ਬਾਲਾ ਤੂੰ ਦੱਸ ਤੂੰ ਘਰ ਆ ਗਿਆ ਨਾਨਕ ਕਿੱਥੇ ਆ ਉਹ 20 ਰੁਪਈਏ ਕਿੱਥੇ ਆ ਗੁੱਸੇ ਵਿਚ ਆ ਕੇ ਮੈਨੂੰ ਇਸ ਤਰ੍ਹਾਂ ਦੇ ਨਾਲ ਆਖਣ ਲੱਗੇ ਹਨ ਤਜਿਓ ਸੰਗ ਕਿਉਂ ਪਾਛੇ ਰਹਿਵਾਂ ਤੂੰ ਨਾਨਕ ਨੂੰ ਪਿੱਛੇ ਕਿਉਂ ਛੱਡ ਆਇਆ ਉਹਦਾ ਸਾਥ ਕਿਉਂ ਛੱਡ ਦਿੱਤਾ ਨਾਨਕ ਜੀ ਪਿੱਛੇ ਕਿਉਂ ਰਹਿ ਗਏ ਨੇ ਇਹ ਦੱਸਣਾ ਕਰ ਬਣਿਓ ਬਣਜਿਓ ਬਣਜ ਕਦੋਂ ਤੁਮ ਨਾਹੀ ਤੁਸੀਂ ਇਹ ਦੱਸੋ ਕਿਤੇ ਤੁਸੀਂ ਕੋਈ ਵਪਾਰ ਕੀਤਾ ਹੈ ਜਾਂ ਨਹੀਂ ਕੀਤਾ ਕੋਈ ਖੱਟੀ ਹੋਈ ਆ ਜਾਂ ਨਹੀਂ ਹੋਏ ਦੱਸਤਾ ਸਹੀ ਬਿਨ ਦੀਏ ਸੁੱਧ ਗਿਆ ਨਿਜ ਘਰ ਮਾਹੀ ਔਰ ਬਿਨਾਂ ਹੀ ਦਿੱਤਿਆਂ ਤੁਸੀਂ ਆਪਣੇ ਘਰ ਹੀ ਚਲਾ ਗਿਆ ਸੁੱਧ ਅੱਗੇ ਦਿੱਤੀ ਨੀ ਮੈਨੂੰ ਖਬਰ ਕੋ ਅੱਗੇ ਦਿੱਤੀ ਨੀ ਖਬਰ ਦਿੱਤੀ ਤੋਂ ਬਿਨਾਂ ਹੀ ਤੂੰ ਆਪਣੇ ਘਰ ਜਾ ਕੇ ਬੈਠ ਗਿਆ ਕਿਹ ਨਗਰੀ ਮੈਂ ਤੇ ਕੋ ਸ਼ੋਰ ਸ੍ਰੀ ਨਾਨਕ ਨੂੰ ਤੁਸੀਂ ਕਿਹੜੀ ਨਗਰ ਦੇ ਵਿੱਚ ਛੱਡ ਕੇ ਆਏ ਆ ਕਿੱਥੇ ਉਹਨਾਂ ਨੂੰ ਛੱਡ ਕੇ ਆਏ ਹੋ ਰੁੱਠ ਰਹੇ ਹੋ ਕਿਉਂ ਤੈਂ ਨਾ ਬਹੋਰ ਇਹ ਦੱਸ ਵੀ ਉਹ ਕਿਤੇ ਰੁੱਸ ਤਾਂ ਨਹੀਂ ਗਿਆ ਤੇਰੇ ਨਾਲ ਗੁੱਸੇ ਤਾਂ ਨਹੀਂ ਹੋ ਗਿਆ ਤੈਂ ਉਹਨੂੰ ਨਾਲ ਲਿਆਂਦਾ ਕਿਉਂ ਨਹੀਂ ਇਹ ਦੱਸ ਆਸ ਬਚਨ ਸੁਣ ਕੇ ਗਿਰਾ ਉਹ ਬਾਚੀ ਔਰ ਇਸ ਤਰ੍ਹਾਂ ਦੇ ਨਾਲ ਪਿਤਾ ਕਲਿਆਣ ਦਾਸ ਜੀ ਦੇ ਮੈਂ ਬਚਨ ਸੁਣੇ ਬਚਨ ਸੁਣ ਕੇ ਅੱਗੋਂ ਜਵਾਬ ਦਿੱਤਾ ਹੈ ਜਸ ਬਿਧ ਬੀਤੀ ਬਤਾਈ ਸਾਚੀ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਬੀਤੀ ਸੀ ਉਹ ਸਾਰੀ ਦੀ ਸਾਰੀ ਸੱਚੀ ਸੱਚੀ ਗੱਲ ਮੈਂ ਪਿਤਾ ਕਲਿਆਣ ਦਾਸ ਜੀ ਨੂੰ ਦੱਸ ਦਿੱਤੀ ਇੱਕ ਜੰਗਲ ਮੈਂ ਹੁੱਤੇ ਫਕੀਰ ਹੀ ਦੇਖਿਆ ਕਿ ਜਾਨੂੰ ਜਾਂਦਿਆਂ ਜਾਂਦਿਆਂ ਇੱਕ ਜੰਗਲ ਆ ਗਿਆ ਉਸ ਜੰਗਲ ਦੇ ਵਿਚ ਕਈ ਸਾਰੇ ਫਕੀਰ ਬੈਠੇ ਸਨ ਚਲੇ ਜਾ ਤੂੰ ਵੈਸੇ ਤਿੰਨ ਤੀਰ ਤੁਰੇ ਜਾਂਦੇ ਜਾਂਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਕੋਲ ਜਾ ਕੇ ਬੈਠ ਗਏ ਮੈਂ ਵੀ ਉੱਥੇ ਬੈਠ ਗਿਆ ਕਸ਼ਕ ਪ੍ਰਸ ਪਰ ਬੋਲਨ ਕੀਨਾ ਗੁਰੂ ਨਾਨਕ ਦੇਵ ਮਹਾਰਾਜ ਦੇ ਉਹਨਾਂ ਫਕੀਰਾਂ ਨੇ ਆਪਸ ਵਿਚ ਹੀ ਕੁਛ ਬਚਨ ਕੀਤੇ ਨੇ ਬੋਲੇ ਚੱਲੇ ਹਨ ਭੋਜਨ ਹੈ ਤੂੰ ਤਿੰਨ ਕੋ ਧਨ ਦੀਨਾ ਜਦੋਂ ਕੁਛ ਬੋਲ ਚਾਲ ਕਰ ਹਟੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦੇ ਭੋਜਨ ਦੇ ਵਾਸਤੇ ਜਿਹੜੇ 20 ਰੁਪਏ ਤੁਸਾਂ ਨੇ ਦਿੱਤੇ ਸੀ ਉਹਨਾਂ ਸਾਧੂਆਂ ਦੇ ਸਪੁਰਦ ਕਰ ਦਿੱਤੇ ਉਹਨਾਂ ਨੂੰ ਦੇ ਦਿੱਤੇ ਕਹਿਣ ਲੱਗੇ ਪਿਤਾ ਆਇਸ ਜੈਸੀ ਸਤਿਗੁਰੂ ਨਾਨਕ ਦੇਵ ਮਹਾਰਾਜ ਆਉਣ ਲੱਗੇ ਉਹਨਾਂ ਮਹੰਤਾਂ ਨੂੰ ਆਖਣ ਲੱਗੇ ਕਿ ਜਿਵੇਂ ਮੈਨੂੰ ਪਿਤਾ ਜੀ ਨੇ ਆਗਿਆ ਕੀਤੀ ਹੈ ਉਹ ਜਿਹਾ ਹੀ ਵਪਾਰ ਕਰਨਾ ਹੈ ਭਲੇ ਬਣਜ ਕੀਨੀ ਤੈਸੀ ਕਿਉਂਕਿ ਪਿਤਾ ਜੀ ਨੇ ਮੈਨੂੰ ਇਹ ਕਿਹਾ ਸੀ ਵੀ ਚੰਗਾ ਭਲਾ ਬਣਜ ਕਰਨਾ ਆ ਅੱਛਾ ਬਣਜ ਕਰਨਾ ਹੈ ਅੱਛਾ ਬਣਜ ਕਰਨ ਦੇ ਵਾਸਤੇ ਨੂੰ ਭੇਜਿਆ ਆ ਇਹੀ ਅੱਛਾ ਬਣਜ ਹੈ ਭਲੇ ਪਾਸੇ ਪੈਸੇ ਲਾ ਦੇਣ ਜਿਵੇਂ ਇਸ ਤਰ੍ਹਾਂ ਦੇ ਨਾਲ ਮੈਨੂੰ ਪਿਤਾ ਜੀ ਨੇ ਆਖਿਆ ਸੀ ਦੇ ਘਰ ਦਰਬ ਘਰਨ ਮੋਰਿਆ ਏ ਉਹ ਦਰਬ ਸੀ ਜਿਹੜਾ ਧਨ ਸੀ 20 ਰੁਪਈਏ ਉਹ ਸਾਧੂਆਂ ਨੂੰ ਦੇ ਦਿੱਤੇ
ਸਾਧੂਆਂ ਦੇ ਕੇ ਅਸੀਂ ਵਾਪਸ ਘਰ ਵੱਲ ਨੂੰ ਮੁੜ ਆਏ ਹਾਂ। ਨਗਰ ਵਹਿਰ ਵੈਸੇ ਕਿਸ ਥਾਂ, ਪਰ ਮੈਂ ਤਾਂ ਪਿਤਾ ਕਲਿਆਣ ਦਾਸ ਜੀ ਘਰ ਆ ਗਿਆ ਆ, ਤੇ ਸ੍ਰੀ ਨਾਨਕ ਜੀ ਬਾਹਰ ਕਿਤੇ ਨਗਰ ਤੋਂ ਬਾਹਰ ਹੀ ਕਿਤੇ ਬੈਠ ਗਏ ਹਨ, ਪਰ ਮੈਨੂੰ ਬਹੁਤਾ ਗਿਆਨ ਨੇ ਕਿੱਥੇ ਬੈਠੇ ਹਨ। ਕ੍ਰੋਧ ਕਰਨ ਤੁਮ ਤੇ ਡਰ ਧਰ ਕੇ, ਕਿਉਂਕਿ ਤੁਹਾਡੇ ਕੋਲ ਉਹ ਡਰ ਗਿਆ, ਕਿਉਂ 20 ਰੁਪਏ ਸਾਧੂ ਨੂੰ ਛਕਾ ਦਿੱਤੇ, ਤੁਹਾਡੇ ਗੁੱਸੇ ਕੋਲੋਂ ਉਹ ਡਰ ਗਏ ਨੇ ਕਿ ਪਿਤਾ ਜੀ ਨੇ ਬਹੁਤ ਗੁੱਸੇ ਹੋਣਾ ਆ, ਝਿੜਕਾਂ ਪੈਣੀਆਂ ਆ, ਇਸ ਕਰਕੇ ਉਹ ਡਰ ਗਏ ਸਨ। ਸਦਨ ਨਾ ਆਏ ਇਹ ਹੈ ਵਿਚਾਰ ਕੇ, ਇਹੋ ਹੀ ਵਿਚਾਰ ਕੇ ਕਿ ਪਿਤਾ ਜੀ ਨੇ ਬਹੁਤ ਗੁੱਸੇ ਹੋਣਾ ਆ ਤੇ ਮੈਨੂੰ ਕੁਛ ਬੋਲਣਗੇ, ਇਹ ਵਿਚਾਰ ਕੇ ਉਹ ਘਰ ਦੇ ਵਿਚ ਨਹੀਂ ਆਏ। ਆਸ ਸੁਣ ਕਾਲੂ ਕ੍ਰੋਧ ਨਾ ਥੋਰਾ, ਇਸ ਤਰ੍ਹਾਂ ਦੇ ਨਾਲ ਜਦੋਂ ਪਿਤਾ ਕਲਿਆਣ ਦਾਸ ਜੀ ਨੇ ਸੁਣਿਆ, ਥੋੜਾ ਕ੍ਰੋਧ ਨਹੀਂ ਆਇਆ ਉਹਨਾਂ ਨੂੰ, ਬਹੁਤ ਕ੍ਰੋਧ ਆਇਆ, ਬਹੁਤ ਗੁੱਸੇ ਦੇ ਵਿਚ ਆ ਗਏ। ਪਰ ਸਤਿਕ੍ਰਿਤ ਜਿਉਂ ਪਾਵਕ ਜੋਰਾ, ਜਿਉਂ ਅੱਗ ਦੇ ਉੱਤੇ ਘਿਓ ਪਾ ਦਈਏ ਨਾ, ਅੱਗ ਹੋਰ ਤੇਜ਼ ਹੋ ਜਾਂਦੀ ਏ। ਇਸ ਤਰ੍ਹਾਂ ਦੇ ਨਾਲ ਪਿਤਾ ਜੀ ਦਾ ਗੁੱਸਾ ਬਹੁਤ ਤੇਜ਼ ਹੋ ਗਿਆ। ਕਹੇ ਕੇ ਮੁਝ ਕੋ ਦੇਹੋ ਬਤਾਈ, ਪਿਤਾ ਕਲਿਆਣ ਦਾਸ ਜੀ ਆਖਣ ਲੱਗੇ, ਬਾਲੇ ਛੇਤੀ ਕਰ, ਨਾਨਕ ਕਿੱਥੇ ਹੈ, ਛੇਤੀ ਦੇ ਨਾਲ ਮੈਨੂੰ ਦੱਸਣਾ ਕਰ। ਚਲੋ ਸੰਗ ਬੈਸੋ ਜਿਹੇ ਥਾਈ, ਜਿੱਥੇ ਨਾਨਕ ਜੀ ਬੈਠੇ ਨੇ ਉੱਥੇ ਮੈਨੂੰ ਆਪਣੇ ਨਾਲ ਲੈ ਕੇ ਚੱਲ। ਮੁਖ ਤੇ ਬੋਲਤ ਗਿਰਾ ਕਠੋਰ, ਪਿਤਾ ਕਲਿਆਣ ਦਾਸ ਜੀ ਆਪਣੇ ਮੁਖ ਤੋਂ ਬੜੇ ਕਠੋਰ ਕਠੋਰ ਬਚਨ ਆਖਦੇ ਹਨ, ਸਖਤ ਸਖਤ ਬਚਨ ਆਖਦੇ ਹਨ। ਲੈ ਮੁਝ ਸੰਗ ਚੱਲਿਓ ਤਿੰਨ ਓਰ, ਜਿੱਧਰ ਦੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ ਉਸ ਪਾਸੇ ਨੂੰ ਪਿਤਾ ਜੀ ਮੈਨੂੰ ਨਾਲ ਲੈ ਕੇ ਚੱਲ ਪਏ ਹਨ। ਸੁਣੀ ਮਾਤਾ ਸਭ ਧਨ ਕੀ ਗਾਥ, ਉਧਰ ਮਾਤਾ ਜੀ ਨੇ ਵੀ, ਮਾਤਾ ਤ੍ਰਿਪਤਾ ਜੀ ਨੇ ਵੀ ਸੁਣ ਲਿਆ ਕਿ ਜਿਹੜਾ ਭਾਣਾ ਵਰਤਿਆ ਸੀਗਾ, ਸਾਰੀ ਗਾਥਾ ਸਾਰੀ ਇਹ ਕਹਾਣੀ ਸੁਣ ਲਈ ਕਿ ਪਤੀ ਦੇਵ ਨੇ ਤਾਂ 20 ਰੁਪਏ ਦੇ ਕੇ ਪੁੱਤਰ ਨੂੰ ਕਿਹਾ ਸੀ ਸੌਦਾ ਕਰਕੇ ਆ ਗਏ, ਭਲਾ ਉਹ ਸਾਧੂ ਨੂੰ ਛਕਾ ਆਏ ਨੇ। ਇਹ ਸਾਰੀ ਕਹਾਣੀ ਜਿਉਂ ਬਾਲੇ ਨੇ ਦੱਸੀ ਸੀ ਪਿਤਾ ਜੀ ਨੂੰ, ਉਸ ਤਰ੍ਹਾਂ ਦੇ ਨਾਲ ਮਾਤਾ ਜੀ ਨੇ ਵੀ ਸੁਣ ਲਈ। ਜਿਸ ਵੇਲੇ ਮਾਤਾ ਜੀ ਨੇ ਸੁਣੀ ਸਾਰੀ ਕਹਾਣੀ ਤਾਂ ਕੀ ਆਖਣ ਲੱਗੇ, ਖੋਜਣ ਗਿਆ ਕਾਲੂ ਰਿਸ ਸਾਥ, ਮੇਰਾ ਪਤੀ ਕਾਲੂ ਜੀ ਬਾਲੇ ਨੂੰ ਨਾਲ ਲੈ ਕੇ ਉੱਥੇ ਹੁਣ ਖੋਜਣ ਗਏ ਨੇ ਨਾਨਕ ਨੂੰ ਕਿ ਨਾਨਕ ਜੀ ਕਿੱਥੇ ਹਨ। ਤੁਰਤ ਤਬ ਹੈ ਤਨੀਆਂ ਕੋ ਭੇਜਿਆ, ਮਾਤਾ ਤ੍ਰਿਪਤਾ ਜੀ ਨੇ ਬੜੀ ਹੁਸ਼ਿਆਰੀ ਦੇ ਤੋਂ ਕੰਮ ਲਿਆ, ਪਤਾ ਲੱਗ ਗਿਆ ਮਾਤਾ ਜੀ ਨੂੰ ਕਿ ਇਹ ਮੇਰੇ ਪਤੀ ਜੀ ਜਾਣਗੇ ਪੁੱਤਰ ਨੂੰ ਲੱਭ ਕੇ, ਉਹਨੂੰ ਕ੍ਰੋਧ ਦੇ ਵਿੱਚ ਆ ਕੇ ਕੁਛ ਕੁੱਟਮਾਰ ਕਰਨਗੇ ਜਾਂ ਗੁੱਸੇ ਹੋਣਗੇ। ਤੇ ਮਾਤਾ ਜੀ ਨੇ ਉਸੇ ਵੇਲੇ ਆਪਣੀ ਲੜਕੀ ਗੁਰੂ ਨਾਨਕ ਮਾਂ ਤੋਂ ਵੱਡੇ ਸਨ ਬੇਬੇ ਨਾਨਕੀ ਜੀ, ਉਹਨਾਂ ਨੂੰ ਭੇਜ ਦਿੱਤਾ ਹੈ। ਪਤੀ ਰਿਸ ਤੇ ਉੱਠ ਧੜਕ ਕਲੇਜਾ, ਇਹ ਮਾਤਾ ਜੀ ਦਾ ਜਿਹੜਾ ਕਲੇਜਾ ਨਾ ਉਹ ਧੜਕਦਾ ਆ ਕਿ ਮੇਰਾ ਪਤੀ ਬਹੁਤ ਗੁੱਸੇਖੋਰ ਹੈ। ਪਤੀ ਦੇ ਗੁੱਸੇ ਤੋਂ ਮਾਤਾ ਜੀ ਦਾ ਕਲੇਜਾ ਬਹੁਤ ਧੜਕਦਾ ਹੈ। ਦਾਸੀ ਦਾਸ ਪਠਾਏ, ਪਹਿਲਾਂ ਤਾਂ ਬੇਬੇ ਨਾਨਕ ਜੀ ਨੂੰ ਭੇਜ ਦਿੱਤਾ ਬੇ ਛੇਤੀ ਜਾਵੋ, ਤੁਹਾਡੇ ਪਿਤਾ ਜੀ ਦਾ ਗੁੱਸਾ ਬਹੁਤ ਹੈ, ਤੁਸੀਂ ਜਾਓ ਛੇਤੀ ਦੇ ਨਾਲ, ਮਗਰ ਆਪਣੇ ਦਾਸ ਅਤੇ ਦਾਸੀਆਂ ਵੀ ਭੇਜ ਦਿੱਤੇ ਹਨ। ਬਿਲੋਕਨੇ ਲੋਕ ਸਦਾਏ, ਉਹ ਦੇਖਣੇ ਦੇ ਵਾਸਤੇ ਜਿਹੜੇ ਹੋਰ ਤਲਵੱਡੀ ਨਗਰ ਦੇ ਲੋਕ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ, ਉਹ ਵੀ ਦੇਖਣ ਦੇ ਬਾਅਦ ਸਾਰਾ ਹਾਲ ਦੇਖਣ ਦੇ ਬਾਅਦ ਉਹ ਵੀ ਚਲੇ ਗਏ ਹਨ। ਗਹਿਰ ਜਾਏ ਪਿਖ ਜਾਲ ਬਿਨ ਤਾਲ, ਨਗਰ ਤੋਂ ਬਾਹਰ ਜਾ ਕੇ ਦੇਖਿਆ ਕਿ ਇੱਕ ਤਾਲ ਹੈ ਜਿਹਦੇ ਵਿੱਚ ਪਾਣੀ ਨਹੀਂ ਹੈ, ਉਹ ਸੁੱਕਿਆ ਹੋਇਆ ਹੈ। ਵੈਸੇ ਨੀਮ ਸਥਾਨ ਕਿਰਪਾਲ, ਕਿਰਪਾ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਤਲਾਅ ਦੇ ਵਿੱਚ ਨੀਵੇਂ ਥਾਂ ਬੈਠੇ ਸਨ। ਅਵਲੋਕਿਓ ਕਾਲੂ ਜੀ ਜਿਹੇ ਕਾਲ, ਜਿਸ ਵੇਲੇ ਪਿਤਾ ਕਲਿਆਣ ਦਾਸ ਜੀ ਨੇ ਆਪਣੇ ਪੁੱਤਰ ਨੂੰ ਨਾਨਕ ਨੂੰ ਸਰੋਵਰ ਦੇ ਵਿੱਚ ਬੈਠੇ ਦੇਖਿਆ, ਬੋਲਤ ਭਏ ਦੁਰਬਚਨ ਵਿਸਾਲ, ਉਸੇ ਵੇਲੇ ਹੀ ਪਿਤਾ ਜੀ ਬੜੇ ਖੋਟੇ ਖੋਟੇ ਬਚਨ ਆਪਣੇ ਪੁੱਤਰ ਨੂੰ ਆਖਣ ਲੱਗ ਪਏ ਹਨ। ਕਰ ਬੂਜਤ ਰਿਸ ਕਰ ਭਰੀ, ਔਰ ਪਿਤਾ ਜੀ ਨੇ ਬੜੇ ਗੁੱਸੇ ਦੇ ਨਾਲ ਗੁੱਸੇ ਵਿੱਚ ਆ ਕੇ ਆਪਣੇ ਪੁੱਤਰ ਨੂੰ ਬਾਂਹ ਤੋਂ ਪਕੜ ਲਿਆ। ਕਹਾ ਕਾਰਖਿਕ ਸਦਨ ਉਜਾੜੀ, ਉਹ ਘਰ ਨੂੰ ਉਜਾੜਨ ਵਾਲੇ ਮੇਰੇ ਪੁੱਤਰ ਨਾਨਕ ਦੱਸ, ਉਹ 20 ਰੁਪਏ ਕਿੱਥੇ ਆ ਜਿਹੜੇ ਤੈਨੂੰ ਸੌਦਾ ਕਰਨ ਦੇ ਵਾਸਤੇ ਦਿੱਤੇ ਸਨ। ਸਦਨ ਉਜਾੜੀ, ਹਾਂ ਘਰ ਨੂੰ ਉਜਾੜਨ ਵਾਲੇ
ਉਹ 20 ਰੁਪਏ ਕਿੱਥੇ ਹਨ? ਕਹਾ ਬਣਜ ਜੋ ਤੈ ਕਰ ਲਿਆਇਓ। ਉਹ ਕਿੱਥੇ ਬਣਜ ਹੈ, ਸੌਦਾ ਕਿੱਥੇ ਹੈ ਜਿਹੜਾ ਤੂੰ ਵਪਾਰ ਕਰਕੇ ਲਿਆਇਆ, ਉਹ ਸੌਦਾ ਕਿੱਥੇ ਦੱਸਣਾ ਕਰ। ਘਰ ਜਨਮਿਓ ਮਮ ਨਾਮ ਗਵਾਇਓ। ਉਹ ਤਾਂ ਚੰਗੇ ਮੇਰੇ ਘਰ ਦੇ ਵਿੱਚ ਜੰਮਿਆ, ਮੇਰਾ ਨਾਂ ਹੀ ਤਾਂ ਗੁਆ ਕੇ ਰੱਖ ਦਿੱਤਾ ਹੈ, ਮੇਰੇ ਨਾਂ ਨੂੰ ਹੀ ਦਾਗ ਲਾ ਤਾ, ਇਹੋ ਜਿਹਾ ਤੂੰ ਮੇਰੇ ਘਰ ਦੇ ਵਿੱਚ ਜੰਮਿਆ। ਸੁਣ ਕਮਲਾਨਨ ਤੂੰ ਸ਼ਨ ਠਾਨੀ। ਪਿਤਾ ਜੀ ਦੇ ਇਹ ਬਚਨ ਸੁਣ ਕੇ ਧੰਨ ਗੁਰੂ ਨਾਨਕ ਮਹਾਰਾਜ ਚੁੱਪ ਕਰ ਗਏ ਨੇ, ਅੱਗਿਓ ਕੁਛ ਬੋਲਦੇ ਨਹੀਂ ਹਨ। ਪਿਤਾ ਬੁਲਾਏ ਨਹਿ ਬੋਲੇ ਬਾਣੀ। ਪਿਤਾ ਜੀ ਬੁਲਾ ਰਹੇ ਨੇ, ਗੁੱਸੇ ਵਿਚ ਆ ਕੇ ਪੁੱਛਦੇ ਨੇ, ਦੱਸ ਕਿੱਥੇ 20 ਰੁਪਏ ਨੇ, ਕਿਹੜਾ ਸੌਦਾ ਕਰਕੇ ਆਇਆ, ਤੂੰ ਕਿੱਥੇ ਗੁਆ ਕੇ ਆਇਆ, ਗੁੱਸੇ ਵਿਚ ਪੁੱਛ ਰਹੇ ਨੇ। ਪਰ ਪਾਤਸ਼ਾਹ ਜੀ ਅੱਗਿਓ ਕੁਛ ਵੀ ਬਚਨ ਨਹੀਂ ਕਰ ਰਹੇ। ਜਾਂ ਤੇ ਅਧ ਕ੍ਰੋਧ ਮਹਿਤਾ ਕਾਲੂ। ਇਸੇ ਕਰਕੇ ਪਿਤਾ ਕਲਿਆਣ ਦਾਸ ਜੀ ਨੇ ਬਹੁਤ ਗੁੱਸਾ ਕੀਤਾ, ਗੁੱਸਾ ਕਰਕੇ ਕਰੀ ਤਾੜਨਾ ਤ੍ਰਾਸ ਵਿਸਾਲੂ। ਬਹੁਤਾ ਹੀ ਡਰਾਵਾ ਦਿੱਤਾ ਪੁੱਤਰ ਨੂੰ, ਬਹੁਤਾ ਡਰਾਵਾ ਦੇ ਕੇ ਤਾੜਨਾ ਕੀਤੀ ਹੈ। ਲਹਿਣੇ ਹੱਥ ਤੇ ਬਾਮ ਕਪੋਲਾ। ਉਸੇ ਵੇਲੇ ਗੁੱਸੇ ਵਿਚ ਆ ਕੇ ਪਿਤਾ ਜੀ ਨੇ ਆਪਣੇ ਸੱਜੇ ਹੱਥ ਦਾ ਥੱਪੜ ਗੁਰੂ ਨਾਨਕ ਮਹਾਰਾਜ ਦੇ ਖੱਬੀ ਗੱਲ ਦੇ ਉੱਤੇ ਮਾਰਿਆ। ਹਨੇ ਤਮਾਚੇ ਬੋਲ ਸੋ ਤੋਲਾ। ਇਹਨਾਂ ਬਲ ਦੇ ਨਾਲ ਤੋਲ ਕੇ, ਹੱਥ ਨੂੰ ਆਪਣੀ ਤਾਕਤ ਦੇ ਨਾਲ ਤੋੜ ਕੇ ਸਤਿਗੁਰਾਂ ਦੀ ਖੱਬੇ ਉੱਤੇ, ਖੱਬੀ ਗੱਲ ਦੇ ਉੱਤੇ ਤਮਾਚਾ ਮਾਰਿਆ, ਥੱਪੜ ਮਾਰਿਆ ਹੈ। ਬਾਮ ਹਾਤੇ ਜਹਿਨ ਗੰਢ ਸਥਲ। ਔਰ ਖੱਬੇ ਹੱਥ ਦੇ ਨਾਲ ਸੱਜੀ ਗੱਲ ਦੇ ਉੱਤੇ ਥੱਪੜ ਮਾਰ ਦਿੱਤਾ, ਦੂਸਰੇ ਪਾਸੇ ਵੀ ਥੱਪੜ ਮਾਰ ਦਿੱਤਾ। ਹਨੇ ਚਪੇਟ ਨੂੰ ਰਿਸ ਕਰ ਨਿਜ ਬਲ। ਆਪਣੇ ਬਲ ਦੇ ਨਾਲ ਪਿਤਾ ਕਲਿਆਣ ਦਾਸ ਜੀ ਨੇ ਦੋ ਚਪੇੜਾਂ ਸਤਿਗੁਰਾਂ ਦੇ ਪਵਿੱਤਰ ਮੁਖੜੇ ਦੇ ਉੱਤੇ ਮਾਰ ਦਿੱਤੀਆਂ। ਸ੍ਰੀ ਨਾਨਕ ਨੈਣ ਨੀਰਾ। ਧੰਨ ਗੁਰੂ ਨਾਨਕ ਦੇ ਮਹਾਰਾਜ ਦੀਆਂ ਅੱਖਾਂ ਵਿਚੋਂ ਪਾਣੀ ਵਗ ਪਿਆ ਹੈ, ਜਲ ਵਗ ਪਿਆ ਹੈ। ਨਿਕਸ ਚਲਿਓ ਜਿਉ ਮਾਨੀ ਪੀਰਾ। ਜਿਉ ਬਹੁਤੀ ਹੀ ਪੀੜਾ ਹੁੰਦੀ, ਇਸ ਤਰ੍ਹਾਂ ਦੇ ਨਾਲ ਪਾਣੀ ਨਿਕਲ ਰਿਹਾ ਹੈ। ਮਾਨੋ ਮੀਨ ਦੋ ਪੀ ਕਰ ਪਾਣੀ। ਇਸ ਤਰ੍ਹਾਂ ਦੇ ਨਾਲ ਜਾਣੋ ਕਿ ਦੋ ਮੱਛਾਂ ਨੇ ਪਾਣੀ ਪੀ ਕੇ ਪਾਣੀ ਹੀ ਬਾਹਰ ਸੁੱਟਿਆ ਹੈ। ਬਮਨਤ ਸੋ ਵਸ ਪਰ ਹੀ ਜਾਣੀ। ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਜਾਣਨਾ ਕੀਤਾ। ਪਰੇ ਕਮਲ ਦਲ ਜਲ ਜਿਉਂ ਸ਼ੋਭਾ। ਇਸ ਤਰ੍ਹਾਂ ਦੇ ਨਾਲ ਹੈ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਸ਼ੋਭਾ ਦਿੰਦਾ ਹੁੰਦਾ, ਇਸ ਤਰ੍ਹਾਂ ਦੇ ਨਾਲ ਸ਼ੋਭ ਰਹੇ ਹਨ। ਗੁੰਦਨ ਪਰ ਮੁਕਤਾ ਸ਼ਬ ਲੋਭਾ। ਜਾਂ ਇਉਂ ਸਮਝੋ ਵੀ ਮੂੰਹ ਦੇ ਉੱਤੇ ਜਿਹੜੀਆਂ ਬੂੰਦਾਂ ਪਈਆਂ ਹੋਈਆਂ ਨੇ, ਮੋਤੀਆਂ ਦੇ ਵਾਂਗ ਚਮਕ ਰਹੀਆਂ ਹਨ। ਸੋਹਤ ਪਰ ਗਏ ਨੀਲ ਕਪੋਲਾ। ਔਰ ਸਤਿਗੁਰਾਂ ਦੇ ਕੋਮਲ ਕੋਮਲ ਦੋਵੇਂ ਹੀ ਗੱਲਾਂ, ਜਦੋਂ ਦੋ ਚਪੇੜਾਂ ਵੱਜੀਆਂ, ਦੋਹਾਂ ਦਾ ਰੰਗ ਨੀਲਾ ਹੋ ਗਿਆ, ਦੋਹਾਂ ਗੱਲਾਂ ਦਾ ਰੰਗ ਸੀ ਜਿਹੜਾ ਨੀਲਾ ਹੋ ਗਿਆ। ਜਿਉਂ ਅਤ ਪਲ ਪਰ ਅਲਿਨ ਅਡੋਲਾ। ਇਸ ਤਰ੍ਹਾਂ ਲੱਗ ਰਹੀਆਂ ਨੇ ਦੋਵੇਂ ਗੱਲਾਂ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਭੋਰਾ ਬੈਠਾ ਹੋਵੇ, ਇਸ ਤਰ੍ਹਾਂ ਦੇ ਨਾਲ ਸ਼ੋਭਾ ਦੇ ਰਹੀਆਂ ਹਨ। ਕਦੋਂ ਤੋਂ ਕਲੰਕ ਮਯੰਕ। ਇਉਂ ਸਮਝ ਲਓ ਜਿਹੜਾ ਕਲੰਕ ਤੋਂ ਰਹਿਤ ਚੰਦਰਮਾ ਹੈ। ਮਿਰਗ ਸ਼ਾਲਾ ਤੇ ਭਇਓ ਸੋ ਅੰਕ। ਔਰ ਉਹ ਜਿਹੜਾ ਮਿਰਗ ਕਲੰਕ ਚੰਦਰਮਾ ਹੈ ਕਲੰਕ ਤੋਂ ਰਹਿਤ, ਉਹਦੇ ਉੱਤੇ ਮਿਰਗ ਸ਼ਾਲਾ ਦਾ ਜਾਣੀ ਪਰਛਾਵਾਂ ਪੈ ਗਿਆ ਹੋਵੇ। ਪਹੁੰਚੀ ਨਿਕਟ ਨਾਨਕੀ ਤੂਰਨ। ਜਦੋਂ ਦੋ ਚਪੇੜਾਂ ਮਾਰ ਦਿੱਤੀਆਂ, ਸਤਿਗੁਰਾਂ ਦੀਆਂ ਗੱਲਾਂ ਉੱਤੇ ਨੀਲ ਪੈ ਗਏ, ਉਸੇ ਵੇਲੇ ਬੇਬੇ ਨਾਨਕੀ ਬੜੀ ਛੇਤੀ ਦੇ ਨਾਲ ਕੋਲ ਪਹੁੰਚ ਗਏ ਹਨ। ਪਿਤ ਕਰ ਗਹਿਓ ਜੋ ਰਿਸ ਮੈਂ ਪੂਰਨ। ਜਿਹੜੇ ਪਿਤਾ ਕਲਿਆਣ ਦਾਸ ਜੀ ਗੁੱਸੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਭਰੇ ਹੋਏ ਸਨ, ਜਾ ਕੇ ਪਿਤਾ ਜੀ ਦੀ ਬਾਂਹ ਪਕੜ ਲਈ ਹੈ, ਹੱਥ ਪਕੜ ਲਿਆ। ਬਹੋਰ ਬਲੋਕ ਨੂੰ ਲੋਕ ਜੇ ਆਏ। ਜਿਹੜੇ ਹੋਰ ਵੀ ਲੋਕ ਗੁਰੂ ਨਾਨਕ ਮਹਾਰਾਜ ਨੂੰ ਦੇਖਣ ਦੇ ਵਾਸਤੇ ਆਏ ਸਨ, ਉੱਥੇ ਇਕੱਠੇ ਹੋਏ ਹੋਏ ਸਨ। ਪਰ ਜੋ ਬਹੁਤ ਭਾਂਤ ਸਮਝਾਏ। ਉਹਨਾਂ ਨੇ ਵੀ ਪਿਤਾ ਕਲਿਆਣ ਦਾਸ ਜੀ ਨੂੰ ਬਹੁਤ ਵਰਜਿਆ, ਕਈ ਤਰ੍ਹਾਂ ਦੇ ਨਾਲ ਸਮਝਾਇਆ ਵੀ, ਵਰਜਿਆ ਵੀ,
ਫਿਰ ਵੀ ਉਹਨਾਂ ਦਾ ਗੁੱਸਾ ਠੰਡਾ ਨਾ ਹੋਇਆ। ਸੁਖ ਸਾਗਰ ਕੋਣ ਲੈ ਨਿਜ ਸੰਗ, ਆਪਣੇ ਨਾਲ ਲੈ ਕੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੂੰ ਸੁੱਖਾਂ ਦੇ ਸਾਗਰ ਨੂੰ ਆਪਣੇ ਨਾਲ ਲੈ ਕਰਕੇ ਹਰ ਪੌਂਸ ਤੂੰ ਮੁਖ ਪ੍ਰੇਮ ਉਹ ਮੰਗ। ਜਿਹੜੇ ਉਹ ਬਾਕੀ ਦੇ ਲੋਕ ਨੇ ਨਾ, ਉਹ ਸਤਿਗੁਰਾਂ ਦਾ ਮੁਖੜਾ ਪੂੰਝਦੇ ਨੇ, ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਮੁਖੜੇ ਨੂੰ ਸਾਫ਼ ਕਰਦੇ ਹਨ। ਮ੍ਰਿਦੁਲ ਗਿਰਾ ਕਹਿ ਦੇਤ ਦਲਾਸਾ, ਮਿੱਠੇ ਮਿੱਠੇ ਬਚਨ ਕੋਮਲ ਕੋਮਲ ਬਚਨ ਆਖ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹ ਲੋਕ ਦਲਾਸਾ ਦੇ ਰਹੇ ਹਨ। ਮੰਦ ਮੰਦ ਗਮ ਨੇ ਪੁਰਿਆ ਸਾ, ਪਰ ਹੌਲੀ ਹੌਲੀ ਗੁਰੂ ਨਾਨਕ ਦੇਵ ਮਹਾਰਾਜ ਜੀ, ਪਿਤਾ ਕਲਿਆਣ ਦਾਸ ਜੀ, ਬਾਕੀ ਸਾਰੇ ਜਿੰਨੇ ਵੀ ਲੋਕ ਇਕੱਠੇ ਹੋਏ ਹੋ ਸਨ, ਹੌਲੀ ਹੌਲੀ ਸਾਰੇ ਪਿੰਡ ਵੱਲ ਨੂੰ ਤੁਰ ਪਏ ਹਨ। ਮਾਤਾ ਬਿਲੋਕ ਤੂੰ ਲੋਚਣ ਲਾਈ, ਉਧਰ ਮਾਤਾ ਤ੍ਰਿਪਤਾ ਜੀ ਵੀ ਅੱਖਾਂ ਟਿਕਾ ਕੇ ਦੇਖ ਰਹੀ ਹੈ ਕਿ ਕਦੋਂ ਮੇਰਾ ਪੁੱਤਰ ਆਵੇਗਾ, ਪੁੱਤਰ ਕਦੋਂ ਆਵੇਗਾ, ਮਾਤਾ ਦੇਖ ਰਹੀ ਹੈ। ਪੂਰਨ ਪ੍ਰੇਮ ਬਹਿਰ ਪੁਰ ਆਈ, ਜਿਹੜੀ ਮਾਤਾ ਜੀ ਪੂਰੀ ਤਰ੍ਹਾਂ ਦੇ ਨਾਲ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ, ਉਹ ਮਾਤਾ ਜੀ ਦੇਖਦੇ ਹਨ। ਸੱਜਲ ਬਿਲੋਚਨ ਸੁਤ ਹੈ ਬਿਲੋਕੀ, ਔਰ ਮਾਤਾ ਜੀ ਨੇ ਦੇਖਿਆ ਕਿ ਮੇਰੇ ਪੁੱਤਰ ਦੇ ਅੱਖਾਂ ਦੇ ਵਿੱਚ ਹੰਝੂ ਗਏ ਹੋਏ ਹਨ, ਸੱਜਲ ਅੱਖਾਂ ਦੇਖੀਆਂ ਜਿਸ ਵੇਲੇ ਭਾਈ ਪ੍ਰੇਮ ਕੀ ਉਮਗ ਅਰੋਕੀ, ਜਾਣੋ ਦਿਲ ਦੇ ਵਿੱਚ ਪ੍ਰੇਮ ਦੇ ਨਾ ਰੁਕਣ ਵਾਲਾ ਉਛਾਲਾ ਹੀ ਉੱਠ ਖੜਿਆ ਹੈ। ਕੰਠ ਲਗਾਏ ਨੈਣ ਭਰ ਆਏ, ਔਰ ਮਾਤਾ ਜੀ ਨੇ ਆਪਣੇ ਪੁੱਤਰ ਨਾਨਕ ਨੂੰ ਗਲੇ ਦੇ ਨਾਲ ਲਾਇਆ, ਗਲੇ ਦੇ ਨਾਲ ਲਾਉਂਦਿਆਂ ਸਾਰ ਮਾਤਾ ਜੀ ਦੇ ਨੇਤਰ ਜਿਹੜੇ ਸਨ ਹੰਝੂਆਂ ਦੇ ਨਾਲ ਭਰ ਆਏ ਹਨ। ਅਥਰੂ ਸੰਗ ਸੁਤ ਅੰਗ ਪਿਘਾਏ, ਇੰਨੇ ਅਥਰੂ ਗਏ ਅੱਖਾਂ ਵਿੱਚ, ਇੰਨੇ ਅਥਰੂ ਗਏ ਕਿ ਆਪਣੇ ਪੁੱਤਰ ਸ੍ਰੀ ਨਾਨਕ ਦੇ ਅੰਗ ਹੀ ਭਿਉਂ ਦਿੱਤੇ ਹਨ, ਇਤਨੇ ਅਥਰੂ ਗਏ ਹਨ। ਮਾਨ ਸਦਨ ਮਹਿ ਬਦਨ ਨਿਹਾਰੀ, ਔਰ ਘਰ ਦੇ ਵਿੱਚ ਆ ਕੇ ਸਤਿਗੁਰਾਂ ਦੇ ਸਾਰੇ ਚਿਹਰੇ ਨੂੰ ਦੇਖਿਆ ਹੈ। ਪਾਉ ਛਤ ਚਾਰ ਬਿਲੋਕਨ ਬਾਰੀ, ਔਰ ਮਾਤਾ ਜੀ ਬਾਰ ਬਾਰ ਦੇਖਦੇ ਨੇ ਤੇ ਆਪਣੇ ਪੁੱਤਰ ਦੇ ਮੁਖੜੇ ਨੂੰ ਸਾਫ ਕਰਦੇ ਹਨ। ਸੁਤ ਨਾ ਕਰੋ ਕਾਰਜ ਅਬ ਕੋ, ਮਾਤਾ ਜੀ ਆਖਣ ਲੱਗੇ ਹੇ ਪੁੱਤਰ ਤੂੰ ਜਿਹੜੇ ਪਿੱਛੇ ਕੰਮ ਕਰ ਲੈ ਕਰ ਲੈ, ਹੁਣ ਅੱਗੋਂ ਵਾਸਤੇ ਤੁਸਾਂ ਨੇ ਕੋਈ ਵੀ ਕੰਮ ਨਹੀਂ ਕਰਨਾ। ਪਹਿਲਾਂ ਤੁਸੀਂ ਮੱਝਾਂ ਚਾਰਨ ਗਏ, ਖੇਤੀ ਕਰਨ ਲਾਇਆ, ਤੁਹਾਨੂੰ ਖੇਤੀ ਉਜਾੜ ਦਿੱਤੀ, ਹੁਣ ਸੌਦਾ ਕਰਨ ਦੇ ਵਾਸਤੇ ਭੇਜਿਆ ਸੀ, ਇਹ ਵੀ 20 ਰੁਪਏ ਤੁਸੀਂ ਸਾਧੂ ਨੂੰ ਛਕਾ ਕੇ ਆ ਗਏ ਹਾਂ, ਇਸ ਕਰਕੇ ਤੁਹਾਡਾ ਪਿਤਾ ਜੀ ਤੁਹਾਨੂੰ ਬਹੁਤ ਗੁੱਸੇ ਹੁੰਦੇ ਨੇ, ਤੇ ਅੱਗੋਂ ਵਾਸਤੇ ਹੁਣ ਤੁਸਾਂ ਨੇ ਕੋਈ ਵੀ ਕਾਰਜ ਨਹੀਂ ਕਰਨਾ। ਵਿੱਚ ਰਹੋ ਪੁਰ ਮੈਂ ਸ਼ਵੇਸ਼ਾ ਹੋ, ਔਰ ਤੁਸੀਂ ਨਗਰ ਦੇ ਵਿੱਚ ਆਪਣੀ ਇੱਛਾ ਦੇ ਅਨੁਸਾਰ ਵਿਚਰੋ, ਤੁਰੋ ਫਿਰੋ, ਖੇਡੋ ਮਲੋ, ਜੋ ਕੁਛ ਮਰਜ਼ੀ ਕਰੋ, ਪਰ ਅੱਗੋਂ ਬਾਅਦ ਹੁਣ ਕਾਰਜ ਕੋਈ ਨਹੀਂ ਕਰਨਾ। ਜੇ ਨਾ ਕਰੋਗੇ ਕੋ ਵਿਵਹਾਰ, ਹੇ ਪੁੱਤਰ ਜੀ ਜੇਕਰ ਤੁਸੀਂ ਕੋਈ ਕਾਰੋਬਾਰ ਨਹੀਂ ਕਰੋਗੇ, ਕੋਈ ਕੰਮ ਨਹੀਂ ਕਰੋਗੇ, ਨਹ ਬਿਗੜੇ ਕਛ ਹੋਏ ਨਾਰਾਰ, ਫਿਰ ਪੁੱਤਰ ਜੀ ਨਾ ਕੋ ਕੰਮ ਵਿਗੜੇਗਾ, ਨਾ ਕੋ ਘਰ ਦੇ ਵਿੱਚ ਝਗੜਾ ਹੋਵੇਗਾ। ਝਗੜਾ ਤਾਂ ਇਸੇ ਗੱਲ ਦਾ ਵੀ ਤੁਸੀਂ ਕੰਮ ਵਿਗਾੜਦੇ ਆ, ਪਿਤਾ ਜੀ ਤੁਹਾਨੂੰ ਗੁੱਸੇ ਹੁੰਦੇ ਨੇ, ਜਦੋਂ ਤੁਸੀਂ ਕੋਈ ਕੰਮ ਹੀ ਨਹੀਂ ਕਰੋਗੇ ਤੇ ਫਿਰ ਕੰਮ ਵਿਗੜੇਗਾ ਵੀ ਨਹੀਂ, ਕੰਮ ਨਹੀਂ ਵਿਗੜੇ ਤਾਂ ਘਰ ਦੇ ਵਿੱਚ ਕੋਈ ਝਗੜਾ ਵੀ ਨਹੀਂ ਹੋਵੇਗਾ। ਸਗਨ ਦੀਨ ਸੁਖ ਸਰਬ ਵਿਧਾਤਾ, ਉਹ ਵਿਧਾਤਾ ਪਰਮਾਤਮਾ ਨੇ ਸਾਨੂੰ ਘਰ ਦੇ ਵਿੱਚ ਸਭ ਕੁਛ ਦਿੱਤਾ ਹੋਇਆ ਹੈ, ਧਨ ਦੌਲਤ ਸਭ ਕੁਛ ਬਥੇਰਾ ਦਿੱਤਾ ਹੋਇਆ ਹੈ। ਬੈਠੇ ਸਦਾ ਰਹੋ ਰੰਗ ਰਾਤਾ, ਤੁਸੀਂ ਹਮੇਸ਼ਾ ਆਪਣੇ ਪ੍ਰੇਮ ਦੇ ਵਿੱਚ ਮਸਤ ਬੈਠੇ ਰਹੋ, ਕੋਈ ਵੀ ਕਾਰਜ ਨਹੀਂ ਕਰਨਾ। ਕੇਤਕ ਮਾਨਵ ਦੇਖਣ ਹਾਰੇ, ਔਰ ਜਿੰਨੇ ਹੋਰ ਜਿਹੜੇ ਲੋਕ ਦੇਖਣ ਵਾਲੇ ਸਨ ਉਹ ਵੀ ਸਾਰਿਆਂ ਦੇ ਸਾਰੇ ਜਸ ਪਦ ਗਏ ਰਾਏ ਕੇ ਦੁਆਰੇ, ਉਹਨਾਂ ਨੇ ਜਦੋਂ ਦੇਖਿਆ ਵੀ ਗੁਰੂ ਨਾਨਕ ਮਹਾਰਾਜ ਦੇ ਮੁਖੜੇ ਦੇ ਚਪੇੜਾਂ ਵੱਜੀਆਂ, ਗੱਲਾਂ ਨੀਲੀਆਂ ਹੋ ਗਈਆਂ, ਉਹ ਲੋਕ ਬੜੀ ਛੇਤੀ ਦੇ ਨਾਲ ਕਾਲੀ ਕਾਲੀ ਰਾਏ ਬੁਲਾਰ ਦੇ ਕੋਲ ਚਲੇ ਗਏ ਹਨ। ਜਹਾਂ ਬੈਸਿਓ ਨਿਜ ਸਭਾ ਲਗਾਈ, ਜਿੱਥੇ ਰਾਏ ਬੁਲਾਰ ਆਪਣੀ ਸਭਾ ਲਗਾ ਕੇ ਬੈਠਾ ਸੀ ਉੱਥੇ ਚਲੇ ਗਏ। ਕਹਾਂ ਜਾਏ ਸਭ ਬਾਤ ਸੁਣਾਈ, ਉਹਨਾਂ ਲੋਕਾਂ ਨੇ ਉੱਥੇ ਜਾ ਕੇ ਰਾਏ ਬੁਲਾਰ ਨੂੰ ਸਾਰੀ ਗੱਲ ਸੁਣਾ ਦਿੱਤੀ, ਸਾਰਾ ਪ੍ਰਸੰਗ ਸੁਣਾ ਦਿੱਤਾ ਕਿ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਏਦਾਂ ਏਦਾਂ ਹੋਈ ਏ।
ਸਾਰੀ ਬਾਤ ਸਮਝਾ ਦਿੱਤੀ ਹੈ। ਬੀਸ ਰਜਤ ਪਣੂ ਕਾਲੂ ਨੰਦਨ ਇਹ ਆਖਿਆ ਕਿ ਮਹਿਤਾ ਕਾਲੂ ਜੀ ਨੇ ਆਪਣੇ ਪੁੱਤ ਨੂੰ ਸੌਦਾ ਕਰਨ ਦੇ ਵਾਸਤੇ 20 ਰੁਪਏ ਦਿੱਤੇ ਸਨ। ਦੀਨੇ ਸੰਤਨ ਕੋ ਕਰ ਬੰਦਨ ਉਹੀ 20 ਰੁਪਏ ਗੁਰੂ ਨਾਨਕ ਦੇਵ ਜੀ ਨੇ ਸੰਤਾਂ ਨੂੰ ਵੰਦਨਾ ਕਰਕੇ ਮੱਥਾ ਟੇਕ ਦਿੱਤਾ। ਗਾਇਆ ਜੁਗਤ ਜਿਹ ਮਿਰਦੁਲ ਸੁਭਾਉ ਇਹਨਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਬਹੁਤ ਹੀ ਕੋਮਲ ਸੁਭਾਅ ਹੈ, ਦਇਆ ਦੇ ਨਾਲ ਹੈ। ਨਗਨ ਸ਼ੁਧਾ ਤੁਰ ਭਿਖ ਨਾ ਸਕਾਉ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਨੰਗੇ ਨੂੰ ਜਾਂ ਭੁੱਖੇ ਨੂੰ ਦੇਖ ਨਹੀਂ ਸਕਦੇ। ਕੋਈ ਨੰਗਾ ਟੱਕਰ ਜਾਵੇ ਉਹਨੂੰ ਵਸਤਰ ਦੇਣੇ ਜਾਂ ਨੰਗੇ ਨੂੰ ਨੰਗਾ ਦੇਖ ਨਹੀਂ ਸਕਦੇ, ਭੁੱਖੇ ਨੂੰ ਭੁੱਖਾ ਨਹੀਂ ਦੇਖ ਸਕਦੇ। ਕਾਲੂ ਜੀ ਹਨੇ ਚਪੇਟਨ ਜੋਰਾ ਔਰ ਹੋਇਆ ਕਿ ਪਿਤਾ ਕਲਿਆਣ ਦਾਸ ਜੀ ਨੂੰ ਪਤਾ ਲੱਗ ਗਿਆ, ਮਹਿਤਾ ਕਾਲੂ ਨੂੰ ਪਤਾ ਲੱਗ ਗਿਆ ਕਿ 20 ਰੁਪਏ ਸਾਧਨ ਨੂੰ ਖਾਂਦੇ ਨੇ। ਮਹਿਤੇ ਕਾਲੂ ਨੇ ਨਾਨਕ ਜੀ ਦੀਆਂ ਗੱਲਾਂ ਦੇ ਉੱਤੇ ਥੱਪੜ ਮਾਰ ਦਿੱਤੇ। ਅਤ ਤਰਾਸਤ ਜਿਹ ਤਰਸਨ ਥੋੜਾ ਬੜਾ ਡਰਾਵਾ ਦਿੱਤਾ ਪੁੱਤਰ ਨੂੰ ਆਪਣੇ ਨੂੰ, ਜਿਹਦੇ ਅੰਦਰ ਕੋਈ ਤਰਸ ਨਹੀਂ ਹੈ, ਕੋਈ ਤਰਸ ਨਹੀਂ ਹੈ, ਉਹਨੇ ਆਪਣੇ ਪੁੱਤਰ ਨੂੰ ਬਹੁਤ ਡਰਾਇਆ। ਸੁਣ ਤਾਨ ਇਹ ਰਾਏ ਬੁਲਾਰ ਰਾਏ ਬੁਲਾਰ ਨੇ ਜਦੋਂ ਉਹਨਾਂ ਲੋਕਾਂ ਦੇ ਕੋਲੋਂ ਆਪਣੇ ਕੰਨ ਦੇ ਵਿੱਚ ਸੁਣਿਆ ਕਿ ਅੱਜ ਇਸ ਤਰ੍ਹਾਂ ਦਾ ਭਾਣਾ ਵਰਤਿਆ ਹੈ। ਸ੍ਰੀ ਨਾਨਕ ਜਿਹੇ ਕੋ ਬਹੁ ਪਿਆਰਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਿਹੜਾ ਰਾਏ ਬੁਲਾਰ ਨੂੰ ਬਹੁਤ ਪਿਆਰਾ ਹੈ, ਰਾਏ ਬੁਲਾਰ ਜਿਨ੍ਹਾਂ ਨਾਲ ਬਹੁਤ ਪ੍ਰੇਮ ਕਰਦੇ ਹਨ। ਪ੍ਰੀਤ ਸੰਗ ਹਿਰਦਾ ਪਰਿਪੂਰਨ ਔਰ ਜਿਹੜੇ ਜਿਹਦੇ ਰਾਏ ਬੁਲਾਰ ਦਾ ਸਤਿਗੁਰਾਂ ਦੇ ਨਾਲ ਜਿਹੜੀ ਪ੍ਰੀਤੀ ਦੇ ਨਾਲ ਹਿਰਦਾ ਭਰਿਆ ਪਿਆ ਹੈ। ਦਾਸ ਬੁਲਾਏ ਪਠਾਇਓ ਤੂਰਨ ਉਸੇ ਵੇਲੇ ਰਾਏ ਬੁਲਾਰ ਨੇ ਆਪਣਾ ਇੱਕ ਸੇਵਕ ਭੇਜ ਦਿੱਤਾ ਕਿ ਛੇਤੀ ਨਾਲ ਜਾਓ ਸ੍ਰੀ ਨਾਨਕ ਨੂੰ ਇੱਥੇ ਲੈ ਕੇ ਆ ਜਾਓ। ਸਤਿਗੁਰੂ ਨੂੰ ਬੁਲਾਉਣ ਦੇ ਵਾਸਤੇ ਆਪਣਾ ਸੇਵਕ ਭੇਜਿਆ ਹੈ। ਕਮਲ ਨੈਣ ਅਨੁ ਮੁਝ ਐਨ ਉਹ ਕਮਲਾਂ ਦੇ ਕਮਲ ਦੇ ਫੁੱਲ ਵਰਗੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਹਨ ਉਹਨਾਂ ਨੂੰ ਮੇਰੇ ਘਰ ਲੈ ਕੇ ਆਉਣਾ ਕਰੋ। ਕਾਲੂ ਜੀ ਸਹਿਤ ਜਿਸੇ ਹਰ ਭੈਣ ਵੀ ਮੈਂ ਤਾਂ ਕਲਿਆਣ ਨੂੰ ਕਾਲੂ ਨੂੰ ਵੀ ਨਾਲ ਹੀ ਲੈ ਕੇ ਆਉਣਾ, ਜਿਹਦੇ ਮਨ ਦੇ ਵਿੱਚ ਪ੍ਰਭੂ ਦਾ ਕੋਈ ਭੈ ਨੀ ਰੱਬ ਦਾ ਕੋਈ ਭੈ ਨੀ ਨਾ ਉਹ ਕਾਲੂ ਨੂੰ ਵੀ ਨਾਲ ਹੀ ਲੈ ਕੇ ਆਉਣਾ ਹੈ। ਆਸ ਕਹਿ ਕ੍ਰੋਧ ਅਦਕ ਮਨ ਸ਼ਾਵ ਇਸ ਤਰ੍ਹਾਂ ਦੇ ਨਾਲ ਆਖ ਕੇ ਨਾ ਰਾਏ ਬੁਲਾਰ ਦੇ ਮਨ ਵਿਚ ਬਹੁਤ ਗੁੱਸਾ ਆ ਗਿਆ, ਬਹੁਤ ਕ੍ਰੋਧ ਆ ਗਿਆ। ਫਰਕਤ ਅਧਰ ਹਿਰਦੈ ਦੁਖ ਪਾਵ ਔਰ ਰਾਏ ਬੁਲਾਰ ਦੇ ਮਨ ਦੇ ਵਿਚ ਬਹੁਤ ਦੁੱਖ ਹੋਇਆ ਔਰ ਗੁੱਸੇ ਦੇ ਨਾਲ ਉਹਦੇ ਜਿਹੜੇ ਬੁੱਲ ਨੇ ਨਾ ਉਹ ਥਰਕ ਰਹੇ ਹਨ। ਸੀਤਲ ਸਵਾਸ ਲੇਤ ਬਹੁ ਬਾਰੀ ਔਰ ਕਈ ਵਾਰ ਤਾਂ ਰਾਏ ਬੁਲਾਰ ਨੇ ਇਸ ਤਰ੍ਹਾਂ ਦੇ ਨਾਲ ਠੰਡੇ ਠੰਡੇ ਸਾਹ ਵੀ ਲਏ ਹਨ। ਮਾਮ ਪੁਰਹੋਤ ਅਵਗਿਆ ਭਾਰੀ ਆਖਦਾ ਹੈ ਕਿ ਮੇਰੀ ਨਗਰੀ ਦੇ ਵਿਚ ਮੈਂ ਇੱਥੇ ਦਾ ਰਾਜਾ ਹੋਵਾਂ ਤਾਂ ਮੇਰੀ ਨਗਰੀ ਦੇ ਵਿਚ ਇਹੋ ਜਿਹੀ ਅਵਗਿਆ ਹੋ ਰਹੀ ਹੈ, ਇਸ ਤਰ੍ਹਾਂ ਦੇ ਨਾਲ ਸੋਚਿਆ ਹੈ। ਕਲਾਵਾਨ ਕਲਹੀਨ ਕਿਰਪਲ ਗੁਰੂ ਨਾਨਕ ਤੇ ਬੜੇ ਕਲਾਵਾਨ ਹਨ, ਕਲਪਨਾ ਤੋਂ ਰਹਿਤ ਹਨ ਔਰ ਬਹੁਤ ਕਿਰਪਾਲੂ ਹਨ। ਹੋਏ ਤਾਂ ਕੋ ਤ੍ਰਿਸ਼ਕਾਲ ਵਿਸਲ ਮੇਰੀ ਨਗਰੀ ਦੇ ਵਿਚ ਇਹੋ ਜਿਹੇ ਸਤਪੁਰਖ ਦਾ ਨਿਰਾਦਰ ਹੁੰਦਾ ਹੋਵੇ ਤਾਂ ਫਿਰ ਮੈਂ ਕੀ ਕਰਾਂ। ਲਾਗੇ ਮੁਝ ਸਰੀਰ ਸਭ ਦੋਸ਼ ਇਹ ਤਾਂ ਜਿੰਨਾ ਦੋਸ਼ ਹੈ ਨਾ ਮੇਰੇ ਸਰੀਰ ਨੂੰ ਹੀ ਲੱਗਿਆ ਹੈ ਕਿ ਮੇਰੀ ਨਗਰੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਪੇੜਾਂ ਵੱਜੀਆਂ ਨੇ ਤੇ ਇਹ ਮੇਰੀ ਨਗਰੀ ਦੇ ਵਿੱਚ ਅਵੱਗਿਆ ਹੋ ਰਹੀ ਹੈ, ਇਹ ਸਾਰਾ ਦੋਸ਼ ਮੈਨੂੰ ਹੀ ਲੱਗੇਗਾ। ਆਸ ਬਸੂਰ ਔਰ ਸਰ ਸਤ ਰੋਸ ਇਸ ਤਰ੍ਹਾਂ ਦੇ ਨਾਲ ਆਪਣੇ ਮਨ ਦੇ ਵਿੱਚ ਗੁੱਸਾ ਵੀ ਕਰਦਾ ਆ ਰਾਏ ਬੁਲਾਰ ਜੀ ਤੇ ਮਨ ਦੇ ਵਿੱਚ ਝੂਰਦੇ ਵੀ ਹਨ। ਸੁਖ ਸਾਗਰ ਕੋਲੇ ਕਰ ਦੱਸ ਇਤਨੇ ਚ ਨੂੰ ਜਿਹੜਾ ਰਾਏ ਬੁਲਾਰ ਨੇ ਆਪਣਾ ਨੌਕਰ ਭੇਜਿਆ ਸੀ ਉਹ ਵੀ ਸੁੱਖਾਂ ਦੇ ਸਾਗਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੈ ਕਰਕੇ ਆ ਗਿਆ। ਪਹੁੰਚੋ ਤਬ ਬੁਲਾਰ ਕੇ ਪਾਸ ਉਸੇ ਵੇਲੇ ਨਾਨਕ ਪਾਤਸ਼ਾਹ ਜੀ ਨਾਲ ਲੈ ਕੇ ਰਾਏ ਬੁਲਾਰ ਦੇ ਕੋਲ ਪਹੁੰਚ ਗਏ। ਪ੍ਰੇਮ ਰੂਪ ਪੂਰਨ ਔਰ ਬਾਰਾ ਇਹਨਾਂ ਦੇ ਮਨ ਦੇ ਵਿੱਚ ਬਹੁਤਾ ਸਤਿਗੁਰ ਸੱਚੇ ਪਾਤਸ਼ਾਹ ਪੂਰਨ ਰੂਪ ਹਨ ਔਰ ਇਸ ਤਰ੍ਹਾਂ ਦੇ ਨਾਲ ਲੋਚਨ ਦਰ ਜਨ ਛੁੱਟਿਓ ਫੁਹਾਰ ਲੋਚਨ ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ ਨੇ, ਇੰਨੇ ਹੰਝੂ ਚੱਲੇ ਰਾਏ ਬੁਲਾਰ ਦੇ ਸਤਿਗੁਰਾਂ ਵੱਲ ਦੇਖ ਕੇ ਜਾਣੋ ਇੱਕ ਫੁਹਾਰਾ ਹੀ ਛੁੱਟ ਗਿਆ ਹੈ। ਪਏ ਜਲ ਜਦੇ ਜਲਦ ਸਜਲ ਸੋ ਕਿਉਂ ਲੱਗਦਾ ਜਿਵੇਂ ਕਮਲ ਰੂਪ ਨੇਤਰ
ਸੱਜਲ ਹੋ ਗਏ ਹਨ। ਨਿਜ ਧਾਰਾ ਗੇਰਤ ਤਲ ਥਲ ਸੋ, ਔਰ ਆਪਣੀ ਜਲ ਦੀ ਧਾਰਾ ਜਿਹੜੀ ਉਹ ਥੱਲੇ ਸਿੱਟ ਰਹੇ ਹਨ। ਪੂਰਨ ਤਜ ਕਰ ਉਠਿਓ ਪ੍ਰਿਯੰਕ, ਰਾਏ ਬੁਲਾਰ ਸਤਿਗੁਰਾਂ ਨੂੰ ਦੇਖ ਕੇ ਬੜੀ ਛੇਤੀ ਦੇ ਨਾਲ ਆਪਣੇ ਪਲੰਘ ਨੂੰ ਛੱਡ ਕੇ ਉੱਠ ਕੇ ਖੜੋ ਗਿਆ ਹੈ। ਹਰ ਸਤਿਕਾਰ ਲੀਨ ਪ੍ਰਿਯੰਕ, ਗੁਰੂ ਨਾਨਕ ਮਹਾਰਾਜ ਦਾ ਸਤਿਕਾਰ ਕੀਤਾ ਰਾਏ ਬੁਲਾਰ ਨੇ, ਸਤਿਕਾਰ ਕਰਕੇ ਸਤਿਗੁਰੂ ਨੂੰ ਆਪਣੀ ਗੋਦ ਦੇ ਵਿਚ ਲੈ ਲਿਆ ਹੈ। ਗਦ ਗਦ ਗਿਰਾ ਅਸ਼ਰੂ ਬਹਿ ਬਾਰੀ, ਰਾਏ ਬੁਲਾਰ ਦਾ ਹਿਰਦਾ ਜਿਹੜਾ ਉਹ ਗਦ ਗਦ ਹੋ ਗਿਆ, ਅੱਖਾਂ ਦੇ ਵਿਚੋਂ ਨੇਤਰ ਜਾ ਰਹੇ ਹਨ। ਅੰਗ ਪਿਗੋਏ ਕਰੁਣਾ ਧਾਰੀ, ਕਰੁਣਾ ਕਰਨ ਵਾਲੇ ਤਰਸ ਕਰਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਅੰਗ ਉਹ ਭਿਉਂ ਦਿੱਤੇ ਹਨ। ਬੋਲਣ ਚਾਹਤ ਨਾਵਤ ਬਾਣੀ, ਰਾਏ ਬੁਲਾਰ ਦਾ ਗਲਾ ਰੁਕ ਗਿਆ, ਕੁਛ ਬੋਲਣਾ ਚਾਹੁੰਦਾ ਆ, ਆਖਣਾ ਚਾਹੁੰਦਾ ਕੁਛ, ਪਰ ਬੋਲਿਆ ਨਹੀਂ ਜਾਂਦਾ। ਮਹਾ ਮੋਹ ਮੈਂ ਮਤ ਲਪਟਾਨੀ, ਰਾਏ ਬੁਲਾਰ ਦੀ ਮਹਾਨ ਮੋਹ ਦੇ ਵਿਚ ਮਤ ਲਿਪਟੀ ਹੋਈ ਹੈ। ਉਹ ਰਾਏ ਬੁਲਾਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਕਰਦਾ ਸਤਿਗੁਰਾਂ ਨਾਲ। ਨਿਕਟ ਜੇ ਨਰ ਕਰੁਣਾ ਮਨ ਠਾਨ ਹੈ, ਔਰ ਜਿਹੜੇ ਹੋਰ ਨੇੜੇ ਤੇੜੇ ਲੋਕ ਸਨ ਉਹਨਾਂ ਦੇ ਮਨਾਂ ਦੇ ਵਿਚ ਵੀ ਇਸ ਤਰ੍ਹਾਂ ਦੇ ਨਾਲ ਤਰਸ ਆਇਆ। ਕਾਲੂ ਜੀ ਕੋ ਕੁਸ਼ੀਲ ਪਹਿਚਾਨ, ਮੈਂ ਤਾਂ ਕਲਿਆਣ ਜੀ ਨੂੰ ਸਾਰੇ ਹੀ ਕਠੋਰ ਪਹਿਚਾਣਦੇ ਨੇ, ਇਹ ਬੜਾ ਕਠੋਰ ਹੈ, ਗੁੱਸੇ ਖੋਰ ਹੈ। ਰਾਏ ਸੁਣਾਏ ਬਚਨ ਕਹਿ ਨਿੰਦ ਹੈ, ਉਹ ਰਾਏ ਬੁਲਾਰ ਨੂੰ ਸੁਣਾਉਣ ਦੇ ਵਾਸਤੇ ਨਿੰਦਿਆ ਵਾਲੇ ਬਚਨ ਆਖਦੇ ਹਨ। ਕਰੂਰ ਕਰਮ ਕੀਨੂ ਮਨ ਬਿੰਦ ਹੈ, ਉਹਦਾ ਜਿਹੜਾ ਮਹਿਤਾ ਕਾਲੂ ਦਾ ਜਿਹੜਾ ਮਨ ਹੈ ਨਾ, ਉਹਦਾ ਕਰੂਰ ਹੈ, ਬਹੁਤ ਸਖਤ ਹੈ, ਕਠਿਨ ਹੈ। ਨੀਲ ਕਪੋਲ ਬਿਲੋਕਤ ਲੋਚਨ, ਸਤਿਗੁਰਾਂ ਦੀਆਂ ਗੱਲਾਂ ਉੱਤੇ ਜਿਹੜੇ ਨੀਲ ਪਏ ਹੋਏ ਹਨ, ਉਹ ਰਾਏ ਬੁਲਾਰ ਨੇ ਜਿਸ ਵੇਲੇ ਆਪਣੀਆਂ ਅੱਖਾਂ ਦੇ ਨਾਲ ਦੇਖੇ। ਮਿਰਦੁਰ ਲਖ ਹੈ ਕਰ ਅਸ਼ਰੂ ਮੋਚਨ, ਔਰ ਬੜੇ ਕੋਮਲ ਕੋਮਲ ਦੇਖ ਕੇ ਅੱਖਾਂ ਦੇ ਵਿਚ ਅਸ਼ਰੂ ਚੱਲ ਪਏ ਹਨ। ਪਰ ਧੀਰਜ ਉਰ ਰਾਏ ਬੁਲਾਰ, ਆਖਿਰ ਰਾਏ ਬੁਲਾਰ ਨੇ ਹੌਲੀ ਹੌਲੀ ਧੀਰਜ ਧਾਰੀ ਹੈ, ਹੌਸਲਾ ਕੀਤਾ ਹੈ। ਪਰਖ ਸਮਰਖ ਹੈ ਕੀਨੇ ਉਚਾਰ, ਔਰ ਸਤਿਗੁਰਾਂ ਨੂੰ ਦੇਖਣ ਦੇ ਬਾਅਦ ਉਸੇ ਵੇਲੇ ਰਾਏ ਬੁਲਾਰ ਨੇ ਆਖਿਆ ਹੈ, ਕਾਲੂ ਜੀ ਕੱਲ ਹੀ ਕਰੋਰ ਕਠੋਰ, ਕਾਲੂ ਕਿਉਂ ਪਿਤਾ ਕਲਿਆਣ ਦਾਸ ਜੀ ਵੀ ਨਾਲ ਹੀ ਸਨ। ਰਾਏ ਬੁਲਾਰ ਆਖਣ ਲੱਗਾ, ਮੈਂ ਤਾਂ ਕਾਲੂ ਤੇਰਾ ਸੁਭਾਅ ਬੜਾ ਕਠੋਰ ਹੈ, ਕਲਾ ਕਲੇਸ਼ ਕਰਨ ਵਾਲਾ ਹੈ, ਬਹੁਤ ਕਰੂਰ ਹੈ। ਏਕ ਨਾ ਮਾਨਿਓ ਤੈਂ ਬਚਨ ਮੋਰ, ਮੈਂ ਤੈਨੂੰ ਕਈ ਵਾਰ ਸਮਝਾਇਆ ਸੀ ਕਿ ਨਾਨਕ ਨੂੰ ਆਪਣਾ ਪੁੱਤਰ ਨਾ ਸਮਝ, ਇਹ ਮਹਾਂਪੁਰਸ਼ ਹਨ, ਇਹ ਅਵਤਾਰ ਹਨ, ਇਹ ਸਤਿਪੁਰਖ ਹਨ, ਇਨ੍ਹਾਂ ਦੀ ਲੀਲਾ ਮੈਂ ਇਸ ਤਰ੍ਹਾਂ ਦੇ ਨਾਲ ਦੇਖੀ ਏ, ਮੈਂ ਤੈਨੂੰ ਕਈ ਵਾਰ ਸਮਝਾਇਆ, ਪਰ ਤੂੰ ਮੇਰਾ ਇੱਕ ਵੀ ਬਚਨ ਨਹੀਂ ਮੰਨਿਆ, ਇੱਕ ਵੀ ਗੱਲ ਮੇਰੀ ਮੰਨੀ ਨਹੀਂ। ਕਰੁਣਾ ਹੀਣ ਕੁਸ਼ੀਲ ਕੁਟਾਲੀ, ਤੁਸੀਂ ਤਾਂ ਤਰਸ ਤੋਂ ਹੀਣੇ ਹੋ, ਸਾਡੀ ਚਾਲ ਬੜੀ ਖੋਟੀ ਹੈ। ਸ਼ੁੱਧ ਪਰਲੋਕ ਰਿਦਾ ਤਵ ਖਾਲੀ, ਔਰ ਪਰਲੋਕ ਦੀ ਤੈਨੂੰ ਤਾਂ ਸੁੱਧ ਹੀ ਕੋਈ ਨਹੀਂ, ਇਸੇ ਕਰਕੇ ਤੇਰਾ ਪਰਲੋਕ ਦੇ ਸੁੱਖਾਂ ਤੋਂ ਰਿਦਾ ਖਾਲੀ ਹੀ ਹੈ। ਦਿਨ ਪ੍ਰਤ ਬ੍ਰਿਧਤ ਮਨ ਧਨ ਲੋਭ, ਦਿਨ ਪ੍ਰਾਤ ਤੇਰਾ ਜਿਹੜਾ ਮਨ ਹੈ ਨਾ ਲੋਭ ਦੇ ਵਿਚ ਵੱਧਦਾ ਜਾ ਰਿਹਾ ਹੈ। ਪੁੱਤ ਸੁਸ਼ੀਲ ਕੀ ਲਖਤ ਨਾ ਸੋਭ, ਤੇਰਾ ਪੁੱਤਰ ਜਿਹੜਾ ਬਹੁਤ ਸੁਸ਼ੀਲ ਹੈ, ਵਡਿਆਈ ਵਾਲਾ ਹੈ, ਇਹਦੀ ਸ਼ੋਭਾ ਨੂੰ ਤੂੰ ਜਾਣਦਾ ਹੀ ਨਹੀਂ, ਇਹਦੀ ਵਡਿਆਈ ਨੂੰ ਤੂੰ ਜਾਣਦਾ ਹੀ ਨਹੀਂ ਹੈ। ਸੋਖੇ ਸਲੋਕ ਹੈ ਦੀਨ ਬਿਸਾਰੀ, ਤੂੰ ਤਾਂ ਮਹਿਤਾ ਕਾਲੂ ਜੀ ਪੁੱਤਰ ਨੂੰ ਪੁੱਤਰ ਹੀ ਸਮਝ ਆਇਆ, ਮਹਾਂਪੁਰਸ਼ ਨਹੀਂ ਜਾਣਿਆ, ਇਸ ਕਰਕੇ ਤਾਂ ਇਸ ਲੋਕ ਦੇ ਸਾਰੇ ਸੁੱਖ ਹੀ ਵਿਸਾਰ ਦਿੱਤੇ ਹਨ। ਜਿਨ ਪਰਲੋਕ ਪਰ ਡੀਠ ਸੁਧਾਰੀ, ਜਿਹੜੀ ਤੁਸਾਂ ਨੇ ਪਰਲੋਕ ਦੇ ਸੁੱਖਾਂ ਦੇ ਉੱਤੇ ਡੀਠ ਨਜ਼ਰ ਲਾਈ ਹੋਈ ਸੀ ਨਾ, ਪਰਲੋਕ ਦੇ ਸੁੱਖ ਮਿਲਣਗੇ, ਤੂੰ ਤਾਂ ਇਹ ਲੋਕ ਵੀ ਵਿਗਾੜ ਲਿਆ ਅਤੇ ਪਰਲੋਕ ਵੀ ਵਿਗਾੜ ਲਿਆ। ਆਸ ਸੋਤੇ ਉਚਿਤ ਨਾ ਤੁਬ ਘਰ ਮਾਹੀ, ਇਹੋ ਜਿਹੜਾ ਜਿਹੜਾ ਸਪੁੱਤਰ ਹੈ ਨਾ ਤੇਰੇ ਵਰ ਦੇ ਘਰ, ਤੇਰੇ ਵਰਗੇ ਦੇ ਘਰ ਪੈਦਾ ਨਹੀਂ ਹੋਣਾ ਚਾਹੀਦਾ ਸੀ, ਇਹ ਤੁਹਾਡੇ ਉਚਿਤ ਨਹੀਂ ਹੈ। ਛਤਰੀ ਵਰਣ ਕਰਮ ਤਸ ਨਾਹੀ, ਛਤਰੀ ਧਰਮ ਦੇ ਜਿਹੜੇ ਕਰਮ ਹਨ ਉਹਨਾਂ ਦੇ ਬਾਪ ਵੀ ਕਾਲੂ ਤੈਨੂੰ ਕੋਈ ਪਤਾ ਨਹੀਂ ਹੈ। ਕਲਪ ਬ੍ਰਸ਼ ਜਿਮ ਨਿਪ ਜਹ ਮਾਰੂ, ਤੇਰੇ ਘਰ ਦੇ ਵਿਚ ਤਾਂ ਇਸ ਤਰ੍ਹਾਂ ਦੇ ਨਾਲ ਹੈ ਕਿ ਜਿਵੇਂ ਮਾਰੂ ਥਲ ਦੇ ਵਿਚ ਕਲਪ ਦਾ ਬ੍ਰਿਸ਼ ਜੰਮ ਪਵੇ, ਇਸ ਤਰ੍ਹਾਂ ਦੇ ਨਾਲ ਹੈ। ਜਿਉਂ ਸੰਬਕ ਤੇ ਮੁਕਤਾ ਚਾਰੂ, ਜਿਵੇਂ ਮੂੰਗਫਲੀ ਦੇ ਵਿਚ ਮੋਤੀ ਪੈਦਾ ਹੋ ਜਾਵੇ,
ਇਸ ਤਰ੍ਹਾਂ ਦੇ ਨਾਲ ਹੈ ਤੇਰਾ ਪੁੱਤਰ ਇਉਂ ਅਯੋਗ ਵਿਦ ਮੈਂ ਲੱਖ ਲੀਨੀ ਇਸੇ ਤਰ੍ਹਾਂ ਦੇ ਨਾਲ ਮੈਂ ਤੇਰੀ ਅਯੋਗ ਵਿਦਿਆ ਜਿਹੜੀ ਅਯੋਗ ਵਿਧੀ ਹੈ ਜਿਹੜੀ ਮੈਂ ਸਮਝ ਲਈ ਹੈ ਕਿ ਤੂੰ ਪੁੱਤਰ ਤੋਂ ਉਲਟ ਹੀ ਚੱਲਦਾ ਹੈ ਈਸ਼ਵਰ ਕੀ ਗਤ ਪਰ ਹੈ ਨਾ ਚੀਨੀ ਮੈਂ ਈਸ਼ਵਰ ਦੀ ਗਤੀ ਨੂੰ ਤੇਰਾ ਪੁੱਤਰ ਇੱਕ ਈਸ਼ਵਰ ਹੈ ਮਹਾਂਪੁਰਖ ਹੈ ਇਹਨਾਂ ਦੀ ਗਤੀ ਨੂੰ ਤਾਂ ਪਹਿਚਾਣਿਆ ਹੀ ਨਹੀਂ ਇਹਨਾਂ ਦੀ ਮਰਯਾਦਾ ਨੂੰ ਤੂੰ ਦੇਖਿਆ ਹੀ ਨਹੀਂ ਲੱਜਤ ਕਾਲੂ ਜੀ ਸਭਾ ਮਝਾਰ ਇਸ ਤਰ੍ਹਾਂ ਦੇ ਨਾਲ ਜਦੋਂ ਰਾਏ ਬੁਲਾਰ ਨੇ ਆਖਿਆ ਪਿਤਾ ਕਲਿਆਣ ਦਾਸ ਜੀ ਸਭਾ ਦੇ ਵਿੱਚ ਬੜੇ ਸ਼ਰਮਸ਼ਾਰ ਹੋਏ ਲੱਜਤ ਹੋ ਗਏ ਉਹਨ ਬੁਲਾਰ ਤੋਂ ਬਚਨੇ ਉਚਾਰ ਉਪਰੰਤ ਜਦੋਂ ਰਾਏ ਬੁਲਾਰ ਨੇ ਸਭ ਕੁਛ ਆਖ ਦਿੱਤਾ ਸੀ ਪਿਤਾ ਕਲਿਆਣ ਜੀ ਉਹਨਾਂ ਨੂੰ ਬਚਨ ਕਰਨ ਲੱਗੇ ਨੇ ਕੀ ਬਚਨ ਕਰਨਗੇ ਕੀ ਜਵਾਬ ਸਵਾਲ ਹੋਣਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਨਾ ਸਮਾਂ ਹੋ ਗਿਆ ਅਗਲਾ ਪ੍ਰੋਗਰਾਮ ਸਰਵਣ ਕਰੋ ਸਤਸੰਗ ਜਨੋ ਕਥਾ ਵਿਚਾਰ ਕਰਦਿਆਂ ਕੋਲੋਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਭ ਪਾਤਸ਼ਾਹ ਖਿਮਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਦੇਣ ਅੱਗੋਂ ਵਾਸਤੇ ਕਥਾ ਵਿਚਾਰ ਕਰਨ ਦੀ ਸੋਝੀ ਬਖਸ਼ਣ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ